ਕਿ ਹਰੇਕ ਹਫ਼ਤੇ ਇਕ ਦਿਨ ਬਖਤੌਰ ਸਿੰਘ ਢਿੱਲੋਂ ਸਾਹਿਬ ਤੋਂ ਕਿਸੇ ਖਾਸ ਮੁੱਦੇ ਦੇ ਉੱਤੇ ਟਿੱਪਣੀ ਲਈ ਜਾਵੇ, ਉਨ੍ਹਾਂ ਦੇ ਵਿਚਾਰ ਸਾਂਝੇ ਕੀਤੇ ਜਾਣ, ਚਰਚਾ ਕੀਤੀ ਜਾਵੇ। ਅੱਜ ਫੇਰ ਢਿੱਲੋਂ ਸਾਹਿਬ ਆਪਣੇ ਨਾਲ ਜੁੜੇ ਆ, ਸਵਾਗਤ ਕਰਦੇ ਆ ਤੇ ਮੁੱਦਾ ਛੇੜਦੇ ਆ। ਜੀ ਢਿੱਲੋਂ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਾਰੇ ਹੀ ਸਰੋਤਿਆਂ ਦਾ, ਬਹੁਤ ਬਹੁਤ ਧੰਨਵਾਦ ਜੀ। ਢਿੱਲੋਂ ਸਾਹਿਬ, ਮੀਡੀਆ ਲੋਕਤੰਤਰ ਦਾ ਚੌਥਾ ਥੰਮ ਗਿਣਿਆ ਜਾਂਦਾ, ਪਰ ਨੈਪੋਲੀਅਨ ਵਰਗੇ ਬੰਦੇ ਜਦੋਂ ਇਹ ਗੱਲ ਕਹਿੰਦੇ ਆ ਕਿ ਮੈਂ ਵਿਰੋਧੀਆਂ ਤੋਂ ਨਹੀਂ ਡਰਦਾ, ਮੈਂ ਚਾਰ ਵਿਰੋਧੀ ਅਖਬਾਰਾਂ ਤੋਂ ਵੱਧ ਡਰਦਾ, ਪਰ ਹੁਣ ਹਾਲਾਤ ਟੋਟਲ ਉਲਟ ਹੋਏ ਹੋਏ ਨੇ। ਜੇ ਭਾਰਤ ਦੇ ਵਿਚ ਦੇਖਿਆ ਜਾਵੇ ਡੈਮੋਕਰੇਸੀ, ਉਹਦਾ ਚੌਥਾ ਥਾਂ ਮੀਡੀਆ, ਤੇ ਮੀਡੀਆ ਦਾ ਗਲਾ ਘੁੱਟਣ ਦੀ ਜਿਹੜੀ ਕੋਸ਼ਿਸ਼ ਹੈ ਉਹ ਵੀ ਗਾਹੇ ਵਗਾਹੇ ਹੁੰਦੀ ਰਹਿੰਦੀ ਹੈ। ਆਧਾਰ ਕਾਰਡ ਦੇ ਮਾਮਲੇ ਦੇ ਉੱਤੇ ਤਾਜ਼ਾ ਮਿਸਾਲ ਸਾਡੇ ਸਾਹਮਣੇ ਹੈ, ਰਚਨਾ ਖਹਿਰਾ ਦੀ। ਬਿਲਕੁਲ ਸੁਖਦੇਵ ਜੀ, ਤੁਸੀਂ ਠੀਕ ਫਰਮਾਇਆ। ਜੇ ਨੈਪੋਲੀਅਨ ਵਰਗਾ ਪਾਵਰਫੁਲ ਬੰਦਾ ਇਹ ਕਹਿੰਦਾ ਕਿ ਮੈਂ ਵੱਡੇ ਤੋਂ ਵੱਡੇ ਦੁਸ਼ਮਣਾਂ ਤੋਂ ਨਹੀਂ ਡਰਦਾ, ਸਿਰਫ ਤੇ ਸਿਰਫ ਮੀਡੀਆ ਤੋਂ ਡਰਦਾ, ਤੇ ਮੌਜੂਦਾ ਭਾਰਤ ਸਰਕਾਰ ਨੇ ਉਹਦੀ ਪੁਸ਼ਟੀ ਕੀਤੀ ਹੈ। ਮੇਰੇ ਖਿਆਲ ਮੁਤਾਬਕ ਇਸ ਵੇਲੇ ਭਾਰਤ ਸਰਕਾਰ ਜੇ ਕਿਸੇ ਤੋਂ ਡਰੀ ਹੋਈ ਹੈ, ਭਗਵਾ ਬ੍ਰਿਗੇਡ ਕਿਸੇ ਤੋਂ ਡਰਿਆ ਹੋਇਆ, ਤੇ ਉਹ ਸਿਰਫ ਤੇ ਸਿਰਫ ਮੀਡੀਆ। ਜੇ ਆਪਾਂ ਅਤੀਤ ਤੇ ਨਿਗਾਹ ਮਾਰੀਏ, ਪਿੱਛੇ ਵੱਲ ਦੇਖੀਏ, ਤਾਂ ਤੁਹਾਡੇ ਧਿਆਨ ਚ ਹੋਣਾ ਦੇਸ਼ ਦੀ ਬਹੁਤ ਵੱਡੀ ਇੱਕ ਦਲੇਰ ਰਿਪੋਰਟਰ ਐਡੀਟਰ ਗੌਰੀ ਲੰਕੇਸ਼ ਸੀ ਜੀ। ਗੌਰੀ ਲੰਕੇਸ਼ ਨੂੰ ਇਸ ਕਰਕੇ ਕਤਲ ਕਰ ਦਿੱਤਾ ਗਿਆ ਭਗਵਾ ਬ੍ਰਿਗੇਡ ਵੱਲੋਂ, ਕਿਉਂਕਿ ਉਹਨੇ ਜ਼ਮੀਰ ਦੀ ਆਵਾਜ਼ ਨਾਲ ਜ਼ਮੀਰ ਨਾਲ ਕਦੇ ਸਮਝੌਤਾ ਨਹੀਂ ਸੀ ਕੀਤਾ। ਉਹ ਫਿਰਕਾ ਪ੍ਰਸਤ ਦੇ ਤਾਂਡਵ ਨਾਚ ਦੇ ਖਿਲਾਫ ਲਗਾਤਾਰ ਲਿਖਦੀ ਰਹੀ ਤੇ ਬਾਵਜੂਦ ਇਸ ਗੱਲ ਦੇ ਕਿ ਭਾਵੇਂ ਉਹਨੂੰ ਖਤਮ ਕਰ ਦਿੱਤਾ, ਉਹਦਾ ਪੇਪਰ ਹਾਲੇ ਵੀ ਜਾਰੀ ਹੈ, ਉਹਨੂੰ ਉਹਦੇ ਸੰਗੀ ਸਾਥੀ ਚਲਾ ਰਹੇ ਹੈ। ਅੱਜ ਵੀ ਜੇ ਅਸੀਂ ਦੇਖੀਏ ਤਾਂ ਭਾਰਤ ਸਰਕਾਰ ਨਾ ਕਾਂਗਰਸ ਤੋਂ ਡਰਦੀ ਹੈ, ਨਾ ਖੱਬੇ ਪੱਖੀਆਂ ਤੋਂ ਡਰਦੀ ਹੈ। ਇੱਥੋਂ ਤੱਕ ਕਿ ਨਕਸਲੀ ਇਲਾਕਿਆਂ ਦੇ ਵਿੱਚ ਜਿਹੜੇ ਝਾਰਖੰਡ, ਉੜੀਸਾ, ਛਤੀਸਗੜ੍ਹ, ਜਿਹੜੇ ਉਹ ਇਲਾਕੇ ਹੈ ਜਿਨ੍ਹਾਂ ਨੂੰ ਰੈੱਡ ਜ਼ੋਨ ਕਿਹਾ ਜਾਂਦਾ ਹੈ, ਉਹਨਾਂ ਇਲਾਕਿਆਂ ਦੇ ਵਿੱਚ ਵੀ ਭਾਵੇਂ ਫੌਜਾਂ ਬਹੁਤ ਜ਼ਿਆਦਾ ਲੈਗੇ, ਲੇਕਿਨ ਭਾਰਤ ਸਰਕਾਰ ਨੂੰ ਉਹਨਾਂ ਦਾ ਡਰ ਨਹੀਂ। ਭਾਰਤ ਸਰਕਾਰ ਨੂੰ ਜੇ ਡਰ ਹੈ ਤਾਂ ਇੱਕ ਛੋਟੀ ਜਿਹੀ ਕਲਮ ਤੋਂ ਡਰ ਹੈ। ਅਸੀਂ ਜਾਣਦੇ ਹਾਂ ਸਾਰੇ ਵੱਡੇ ਵੱਡੇ ਫਿਲਾਸਫਰਾਂ ਨੇ, ਵੱਡੇ ਵੱਡੇ ਮਹਾਂਪੁਰਖਾਂ ਨੇ ਇਹ ਗੱਲ ਕਹੀ ਹੈ ਕਿ ਤਲਵਾਰ ਦੇ ਨਾਲ ਤੁਸੀਂ ਬੰਦੇ ਨੂੰ ਖਤਮ ਕਰ ਸਕਦੇ ਹੋ, ਉਹਦਾ ਗਾਟਾ ਵੱਢ ਸਕਦੇ ਹੋ, ਉਹਦੀ ਆਵਾਜ਼ ਹਮੇਸ਼ਾ ਲਈ ਬੰਦ ਕਰ ਸਕਦੇ ਹੋ, ਲੇਕਿਨ ਜਿਹੜੇ ਵਿਚਾਰ ਲਿਖ ਗਿਆ ਜਾਂ ਜਿਹੜੇ ਵਿਚਾਰਾਂ ਦਾ ਉਹਨੇ ਪ੍ਰਗਟਾਵਾ ਕਰਤਾ, ਉਹਨਾਂ ਵਿਚਾਰਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਉਹ ਵਿਚਾਰ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜਾਂਦੇ ਹੈ। ਭਾਰਤ ਦੇ ਇਤਿਹਾਸ ਉੱਤੇ ਨਿਗਾਹ ਮਾਰੀਏ ਜੀ, ਅੱਜ ਵੀ ਦੇਖੀਏ ਤਾਂ ਸਾਡੇ ਦੇਸ਼ ਦੀ ਜੰਗੇ ਆਜ਼ਾਦੀ ਦੇ ਜਿਹੜੇ ਮਹਾਨ ਸੂਰਬੀਰ ਹੈ ਲੋਕਾਂ ਦੀ ਨਜ਼ਰਾਂ ਦੇ ਵਿੱਚ, ਉਹਨਾਂ ਦੇ ਵਿੱਚ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਹੈ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੈ, ਰਾਜਗੁਰੂ ਤੇ ਸੁਖਦੇਵ ਵਰਗੇ ਬੰਦੇ ਹੈ, ਲੇਕਿਨ ਭਾਰਤ ਦੀ ਸਰਕਾਰ, ਭਾਰਤ ਦੀ ਹਕੂਮਤ ਉਹਨਾਂ ਨੂੰ ਫਰੀਡਮ ਫਾਈਟਰ ਮੰਨਣ ਨੂੰ ਤਿਆਰ ਨਹੀਂ। ਜੇ ਮੰਨਣ ਨੂੰ ਤਿਆਰ ਕਿ ਇਹ ਦੇਸ਼ ਭਗਤ ਸੀ, ਇਹਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ, ਲੇਕਿਨ ਜੇ ਅਸੀਂ ਦੇਖੀਏ ਲੋਕ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅੱਜ ਭਗਤ ਸਿੰਘ ਦਾ ਵਾਰਸ ਬਣਨਾ ਇੱਕ ਫੈਸ਼ਨ ਬਣਿਆ ਹੋਇਆ, ਜਿਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਦੱਬੇ ਕੁਚਲੇ ਲੋਕਾਂ ਦੇ ਹੱਕ ਵਿੱਚ ਸੀ। ਅੱਜ ਸੱਜੇ ਪੱਖੀ ਤਾਕਤਾਂ ਆਰ ਐਸ ਐਸ ਵਰਗੇ ਵੀ ਸਿਰ ਦੇ ਉੱਤੇ ਪੀੜੀਆਂ ਪਗੜੀਆਂ ਬੰਨ ਕੇ ਕਹਿੰਦੇ ਕਿ ਅਸੀਂ ਭਗਤ ਸਿੰਘ ਦੇ ਵਾਰਸ ਹਾਂ। ਅੱਜ ਅਕਾਲੀ ਦਲ ਵਾਲੇ ਸਿੱਟੇ ਦੇ ਵਪਾਰੀ ਵੀ ਭਗਤ ਸਿੰਘ ਦੀ ਬਰਸੀ ਹੋਵੇ ਤੇ ਚਾਹੇ ਜਨਮ ਦਿਹਾੜਾ ਹੋਵੇ, ਉਦੋਂ ਉਹ ਵੀ ਪੱਗਾਂ ਬੰਨ ਕੇ ਕਹਿੰਦੇ ਕਿ ਅਸੀਂ ਭਗਤ ਸਿੰਘ ਦੇ ਵਾਰਸ ਹਾਂ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਭਗਤ ਸਿੰਘ ਨੇ ਚਿੰਗਾਰੀ ਦਿਖਾਈ, ਦੇਸ਼ ਭਗਤਾਂ ਨੇ ਜਿਹੜੇ ਵਿਚਾਰ ਪ੍ਰਗਟ ਕੀਤੇ, ਉਹ ਭਾਵੇਂ ਫਾਂਸੀ ਚੜ ਗਏ, ਉਹ ਖਤਮ ਹੋ ਗਏ, ਉਹਨਾਂ ਦੇ ਵਿਚਾਰ ਅੱਜ ਵੀ ਜਿਉਂਦੇ ਆ। ਸੋ ਭਾਰਤ ਸਰਕਾਰ ਜਿਹੜੀ ਗੱਲ ਤੋਂ ਡਰ ਰਹੀ ਹੈ, ਭਗਵਾ ਬ੍ਰਿਗੇਡ ਜਿਹੜੀ ਗੱਲ ਤੋਂ ਡਰ ਰਿਹਾ, ਉਹਨੂੰ ਇਸ ਗੱਲ ਦਾ ਪਤਾ ਕਿ ਇਸ ਵੇਲੇ ਜਿਹੜੀ ਵਿਰੋਧੀ ਧਿਰ ਹੈ, ਵਿਰੋਧੀ ਧਿਰ ਦੇ ਵਿੱਚ ਇੰਨੀ ਜਾਨ ਹੈ ਨੀ, ਵਿਰੋਧੀ ਧਿਰ ਦੇ ਵਿੱਚ ਇੰਨੀ ਸ਼ਕਤੀ ਹੈ ਨੀ, ਵਿਰੋਧੀ ਧਿਰ ਇੰਨੀ ਖਿੰਡੀ ਫੁੰਡੀ ਹੈ ਕਿ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦੀ। ਜੇ ਸਾਡਾ ਕੋਈ ਨੁਕਸਾਨ ਕਰ ਸਕਦਾ ਹੈ ਤਾਂ ਉਹ ਮੀਡੀਆ ਕਰ ਸਕਦਾ, ਉਹ ਕਲਮ ਕਰ ਸਕਦੀ ਹੈ। ਇਸੇ ਕਰਕੇ ਨਿਸ਼ਾਨਾ ਅੱਜ ਕਲਮ ਨੂੰ ਬਣਾਇਆ ਜਾ ਰਿਹਾ ਹੈ, ਤੇ ਜਿਹਦੀ ਆਪਾਂ ਗੱਲ ਕਰੀਏ ਰਚਨਾ ਖੈਰਾ, ਨਾ ਤੋਂ ਹੀ ਪਤਾ ਲੱਗਦਾ ਰਚਨਾ। ਰਚਨਾ ਵੀ ਆਪਣੇ ਹੱਥ ਦੇ ਵਿੱਚ ਹੈ ਬਹੁਤ ਵੱਡੀ, ਜੇ ਵੀ ਆਪਾਂ ਡੈਫੀਨੇਸ਼ਨ ਕਰੀਏ ਤੇ ਰਚਨਾ ਦੇ ਵਿੱਚ ਬੜਾ ਕੁਛ ਨਿਕਲ ਪੈਂਦਾ ਹੈ। ਸਾਡੀਆਂ ਰਚਨਾਵਾਂ ਜਿਹੜੀਆਂ ਹੈਗੀਆਂ, ਸਾਡਾ ਸਾਹਿਤ ਹੈ, ਸਾਡਾ ਲਿਟਰੇਚਰ ਹੈ, ਉਹ ਕਿਹੋ ਜਿਹਾ ਕੁਛ ਪੈਦਾ ਕਰ ਦਿੰਦਾ।
तो लड़की का ना रचना खैरा ना है। मैं इस लड़की का ना ये तो पहला कदे बहुता चर्चा च नहीं सी सुने कि एक बहुत वड्डी पत्रकार हो सकता हो बहुत वड्डा उन्हें मुकाम हासिल किया हो लेकिन अज के संदर्भ देखिए अज उन्हें बहुत वड्डा मुकाम हासिल कर रहा है लेकिन मैं पहला उसका नाम नहीं सी सुने। उस लड़की ने जो काम किया उस लड़की ने एक अजिहा इंकशाफ किया है कि जो सा आधार कार्ड है यूनीक आइडेंटिफिकेशन यह आधार कार्ड नया गया कि सारे देश का सारा कुछ जगा सूत्रबद्ध हो जूगा पर उन्हें लड़के साबित करता कि बड़ी वही गल नहीं आधार कार्ड के नाल हर बंदे की निजता तक पहुंच सकते हो। हम आधार कार्ड से निजता का सवाल की है जो बारे आप थोड़ी जी पहले निजता बारे गल कर लिए कि निजता से आधार कार्ड की है। निजता किसी भी नागरिक का विशेषाधिकार होता है ये व्यक्ति विशेष की जानकारी तो लैके उसका कारोबार उसका जमा खाता बहिष खाता समाजिक संबंध तक शामिल होते हैं। जे आप कही जानकारी का पहला हिस्सा है यह व्यक्तियों से संस्थावान साझा किया जा सकता है सरकार भी हक होंगे ये नजरसानी करनी पर कुछ जानकारी सुखनैव जी यही होंगी है जी व्यक्ति के निज न संबंधित होंगी है ये जानकारी देना या ना देना यह व्यक्ति विशेष के अपने अधिकार खेत्र में होंगे तो यह अधिकार खेत्र दिता की नहीं है यह भारत के संविधान ने दिता हो निजता आम आदमी जो आम आदमी की पहुंच हो समस्या बन जाती है। हम शायद थोड़े ध्यान होना है कि आधार लैके मामला इस वक्त सुप्रीम कोर्ट च पेंडिंग है सुप्रीम कोर्ट सुनवाई कर रही है कि आधार हर चीज न जुड़ी आधार हर 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 आइटम आधार न जोड़िया जाए या ना जोड़िया जाए यह कितने बंदे की निजता का सवाल तो है नहीं निजता के उत्ते नहीं अटैक पर इस संबंध में देखिए तो 4 जनवरी की रिपोर्ट है जी ट्रिब्यून हर एक हैरान कर दी है की कहती है 4 जनवरी की रिपोर्ट की कहती है कि तुम 500 रुपया दो 500 रुपये लखा लोगों की जानकारी है जी वो एक क्लिक करके लॉग ऑन करके हासिल कर सकते हो ये व्यक्ति की सारी मुढ़ली जानकारी होती है। यूनीक आइडेंटिफिकेशन अथॉरिटी ऑफ इंडिया ने भावें तो इनकार कर दिता है पर यह जानकारी कहते भी ना कोई धोखा जरूरी हुई है तो ना निजता के अधिकार का कोई उलंघन होया है। सरकार ने पिछले समय सारिया सुविधावां तो लैके बैंक खाचा तक भी जोड़न की सिलसिला शुरू करता सी इसमें कई तरह दी चोर मोड़ियां बद भी हुई है पर परेशानी के बहुत ज्यादा वाधा होया तुसी देखा होना आमतौर पर घरेलू गैस की जिसे दुर्वरतों रोकी है उत्थे जिहड़े आम वर्किंग क्लास है जिहड़े कामी है मजदूर है उन्होंने जो राशन लैना होंगे उन्होंने राशन लैन प्रॉब्लम आती है क्योंकि जिहड़े उन्होंने उंगलों के निशान है उन्होंने मिलान नहीं खाता तो उन्होंने बेचारियों खज्जल खुआर होना पैदा है। कई बार तो यहोजा होंगे कि जिहड़ा डाटा असी फीड करवाया होंगे आधार कार्ड बनाने वाले उंगलों के निशान अखां दीआं पुतलियां वगैरह अगर जी मशीन ने देखना होंगे मशीन पढ़ भी नहीं सकती चोरी तो फिर सब जी है सब तो वड्डा खतरा है। जे रचना खैरा एक 500 रुपए के खर्च न लखां लोगों का डाटा हासिल कर सकती है अगर यही डाटा कितने फराडिया के हाथ आ जाता तो फिर थोड़ा मेरा जी का जिन्होंने निकी मोटी आपकी कमाई की होंगी है उन्हें सारे कमाई है जी खूह खाते जानी सी ये जो आप देखिए सब तो वड्डा सिरा जाता कि है यह भारत भूषण शर्मा नाम का एक शख्स है जिहड़ा जलंधर कस्बा आरामा मंडी उतों का वसनीक है उन्हों शाबा से जाती है जे मेरे बस का रोग हो मेरे दस्तखता नाल कुछ होंदा हो मेरी सिफारिश नाल चलता हो देश का सब तो वड्डा देश भगती का अवार्ड मैं भारत भूषण शर्मा देव क्योंकि भारत भूषण शर्मा ने सारी चीज खोज करती तो बंदा घरे बैठा है उसकी पहुंच में थी उन्हें रचना खैरा नाल कॉन्टैक्ट किया बीबा जी 500 रुपए खर्च करो 500 रुपए खर्च करके तुसी लोगों की निजी जानकारी तक का सारा डाटा हासिल कर सकते हो। रचना खैरा ने करता सारा कुछ सामने आ गया जिस बंदे ने साधारण बंदे ने भारत भूषण शर्मे ने एड्डी वड्डी जानकारी कौम नूं मुहैया करवाती
ਦੇਸ਼ ਨੂੰ ਮੁਹੱਈਆ ਕਰਵਾ ਸੀ ਤਾਂ ਹੱਕਦਾਰ ਤਾਂ ਇਨਾਮ ਦਾ ਬਣਦਾ ਹੀ ਬਣਦਾ। ਜਿਹੜੇ ਉਹ ਵੱਡੇ ਵੱਡੇ ਦੇਸ਼ ਭਗਤ ਹੈ, ਤੁਹਾਡੀ ਯਾਦ ਹੋਣਾ ਜਦੋਂ ਆਧਾਰ ਆਇਆ, ਆਧਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਨਹੀਂ ਆਇਆ, ਆਧਾਰ ਦੀ ਯੋਜਨਾ ਉਦੋਂ ਆਈ ਸੀ ਜਦੋਂ ਕਾਂਗਰਸ ਪਾਰਟੀ ਸੀ। ਕਾਂਗਰਸ ਪਾਰਟੀ ਹਰ ਚੀਜ਼ ਨੂੰ ਆਧਾਰ ਨਾਲ ਜੋੜਨਾ ਚਾਹੁੰਦੀ ਸੀ, ਕੁਝ ਕੁ ਛੱਡ ਕੇ, ਤੇ ਉਸ ਵੇਲੇ ਭਾਰਤੀ ਜਨਤਾ ਪਾਰਟੀ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਸੀ। ਨਰਿੰਦਰ ਮੋਦੀ ਸਾਹਿਬ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ, ਉਹਨਾਂ ਨੇ ਦੋ ਚੀਜ਼ਾਂ ਕਹੀਆਂ ਸੀ ਕਿ ਨਾ ਤਾਂ ਆਧਾਰ ਨੂੰ ਮੈਂ ਜੋੜਨ ਦੇਵਾਂ ਤੇ ਨਾ ਮੈਂ GST ਨੂੰ ਲਾਗੂ ਹੋਣ ਦੇਵਾਂ, GST ਬਣਨ ਹੀ ਨਹੀਂ ਦੇਣਾ। ਤੇ ਅੱਜ ਪਾਸਾ ਪਲਟ ਗਿਆ, ਕਾਂਗਰਸ ਪਾਰਟੀ ਹੁਣ ਆਪੋਜੀਸ਼ਨ ਚ ਬੈਠੀ ਹੈ, ਉਹ ਇਸ ਵੇਲੇ ਬਹੁਤ ਵੱਡੀ ਅਲੰਬਰਦਾਰ ਬਣੀ ਹੋਈ ਹੈ ਕਿ ਲੋਕਾਂ ਦੀ ਨਿੱਜਤਾ ਵਿੱਚ ਆ ਝਾਕਿਆ ਜਾਵੇ, ਇਹ ਤਾਂ ਜੀ ਗਲਤ ਹੋ ਰਿਹਾ। ਭਾਰਤੀ ਜਨਤਾ ਪਾਰਟੀ ਜਿਹੜੀ ਹੋਈ ਹੈ ਕਿ ਅਸੀਂ ਇਹ ਸਾਰਾ ਕੁਛ ਕਰਨਾ ਹੈ, ਔਰ ਜਦੋਂ ਟ੍ਰਿਬਿਊਨ ਅਖਬਾਰ ਨੇ ਛਾਪਤਾ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ ਹੈ ਉਹਨੇ ਦਾ ਖੰਡਨ ਕੀਤਾ, ਕਹਿੰਦੇ ਜੀ ਕਿਤੇ ਤੱਕ ਜਾ ਹੀ ਨਹੀਂ ਸਕਦੀ, ਸਾਡਾ ਐਨ ਸਾਰਾ ਡਾਟਾ ਸੁਰੱਖਿਅਤ ਹੈ, ਉਹਦੇ ਤੱਕ ਪਹੁੰਚ ਹੀ ਨਹੀਂ ਸਕਦਾ। ਤੇ ਨਾਲ ਹੀ ਉਦੋਂ ਖ਼ਬਰਾਂ ਇਹ ਵੀ ਹੋਣੀਆਂ ਸ਼ੁਰੂ ਹੋ ਗਈਆਂ ਕਿ ਬੜੀਆਂ ਬੜੀਆਂ ਏਜੰਸੀਆਂ, ਇੰਟੈਲੀਜੈਂਸ ਬਿਊਰੋ, IB, ਪੰਜਾਬ ਪੁਲਿਸ, ਪਤਾ ਨੀ ਕਿਹੜੀਆਂ ਕਿਹੜੀਆਂ ED ਵਗੈਰਾ, ਉਹਨਾਂ ਨੇ ਵੀ ਕਹਿੰਦੇ ਪੜਤਾਲ ਵੀ ਸ਼ੁਰੂ ਕਰਤੀ। ਦੋ ਤਿੰਨ ਕੁ ਦਿਨ ਚੁੱਪ ਰਹੇ ਤੇ ਦੋ ਤਿੰਨ ਕੁ ਦਿਨਾਂ ਬਾਅਦ ਫਿਰ ਨਾਲ ਦੀ ਨਾਲ ਜੀ ਦਿੱਲੀ ਦੇ ਵਿੱਚ ਇੱਕ FIR ਦਰਜ ਹੋ ਜਾਂਦੀ ਹੈ, ਤੇ FIR ਵੀ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ ਦਾ ਇੱਕ ਡਿਪਟੀ ਡਾਇਰੈਕਟਰ ਜੁਆਇਨ ਦਰਜ ਕਰਵਾਉਂਦਾ ਹੈ। ਉਹ ਕੀ ਕਹਿੰਦਾ, ਕਹਿੰਦਾ ਜੀ ਇਹ ਰਚਨਾ ਖਹਿਰਾ ਟ੍ਰਿਬਿਊਨ ਅਖਬਾਰ ਤੇ ਕੁਝ ਬੰਦਿਆਂ ਨੇ ਦੇਸ਼ ਦੀ ਬਹੁਤ ਹੀ ਗੁਪਤਤਾ ਵਾਲੀ ਚੀਜ਼ ਹੈ ਜਿਹੜੀ ਉਹਦੇ ਨਾਲ ਛੇੜਛਾੜ ਕੀਤੀ ਹੈ, ਇਹਨਾਂ ਦੇ ਖਿਲਾਫ਼ ਪਰਚਾ ਦਰਜ ਹੋ ਗਏ। ਸਾਰੇ ਮੁਲਕ ਦੇ ਵਿੱਚ ਹਾਹਾਕਾਰ ਮੱਚ ਗਈ ਕਿ ਆਹ ਕੀ ਹੋ ਗਿਆ। ਜਿਵੇਂ ਸਾਡਾ ਕੰਸਰਨ ਹੈ, ਅਸੀਂ ਚਿੰਤਾ ਪ੍ਰਗਟ ਕਰ ਰਹੇ ਹਾਂ ਕਿ ਡੈਮੋਕ੍ਰੇਸੀ ਤੇ ਮੀਡੀਆ, ਜਿਹੜਾ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ ਮੀਡੀਆ, ਉਹਦੇ ਤੇ ਭਿਆਨਕ ਹਮਲਾ ਹੋ ਗਿਆ। ਸਾਰੇ ਦੇਸ਼ ਦੇ ਵਿੱਚ ਹਾਹਾਕਾਰ ਮੱਚੀ, ਸਾਰਿਆਂ ਨੇ ਇਸ ਗੱਲ ਦਾ ਨੋਟਿਸ ਲਿਆ, ਸਾਰਿਆਂ ਨੇ ਇਹਦਾ ਵਿਰੋਧ ਕੀਤਾ। ਐਡੀਟਰਸ ਗਿਲਡ ਆਫ ਇੰਡੀਆ ਤੋਂ ਲੈ ਕੇ ਜਿਹੜੇ ਛੋਟੀਆਂ ਛੋਟੀਆਂ ਬਿਲਡਿੰਗਾਂ ਦੇ ਪ੍ਰੈਸ ਕਲੱਬ ਹੈ, ਜਿਹੜੀਆਂ ਪ੍ਰੈਸ ਨਾਲ ਰਿਲੇਟਡ ਜਥੇਬੰਦੀਆਂ, ਉਹਨਾਂ ਸਾਰਿਆਂ ਨੇ ਇੱਕ ਆਵਾਜ਼ ਦੇ ਵਿੱਚ ਇਹਦਾ ਵਿਰੋਧ ਕੀਤਾ। ਔਰ ਤੁਸੀਂ ਹੈਰਾਨ ਹੋਵੋਗੇ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਅਕਾਲੀ ਦਲ ਕੁਲੀਸ਼ਨ ਚ ਭਾਈਵਾਲ ਹੈ ਕੇਂਦਰ ਦੇ ਵਿੱਚ, ਔਰ ਉੱਥੇ ਬੀਬੀ ਹਰਸਿਮਰਤ ਕੌਰ ਬਾਦਲ ਵਜ਼ੀਰ ਹੈ, ਔਰ ਇੱਕ ਵਜ਼ੀਰ ਹੋਣ ਦੇ ਨਾਤੇ ਕੋਲੈਕਟਿਵ ਜਿਹੜੀ ਰਿਸਪੋਂਸੀਬਿਲਟੀ ਹੈ ਉਹਦੇ ਨਾਤੇ ਜਿਹੜਾ ਫੈਸਲਾ ਹੈ, ਇਸ ਫੈਸਲੇ ਦੇ ਵਿੱਚ ਉਹ ਵੀ ਭਾਈਵਾਲ ਹੈ। ਪਰ ਕੱਲ ਤੁਸੀਂ ਦੇਖਿਆ ਹੋਣਾ ਹੈ ਸੁਖਬੀਰ ਸਿੰਘ ਬਾਦਲ ਨੂੰ ਵੀ ਇਹ ਕਹਿਣਾ ਪੈ ਗਿਆ ਕਿ ਜਿਹੜਾ ਪਰਚਾ ਦਰਜ ਕੀਤਾ ਹੈ ਇਹ ਤੇ ਮੁੜ ਨਜ਼ਰਸਾਨੀ ਹੋਣੀ ਚਾਹੀਦੀ ਹੈ। ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹਦੇ ਬਾਰੇ ਇਹ ਮਸ਼ਹੂਰ ਹੈ ਕਿ ਜਿਹੜਾ ਕੰਮ ਅਕਾਲੀਆਂ ਤੋਂ ਨਹੀਂ ਸੀ ਹੋਇਆ ਹੁਣ ਉਹ ਕਰਨ ਚੱਲਿਆ, ਕਾਲੇ ਕਾਨੂੰਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਕੋਕਾ ਬਣਾਇਆ ਜਾ ਰਿਹਾ ਹੈ। ਪਰ ਕੱਲ ਉਹਨੂੰ ਵੀ ਕੱਲ ਜਾਣਾ ਪਿਆ, ਟ੍ਰਿਬਿਊਨ ਦੇ ਮੁਲਾਜ਼ਮਾਂ ਨਾਲ ਜਾ ਕੇ ਖੜਨਾ ਪਿਆ, ਕਹਿਣਾ ਪਿਆ ਕਿ ਇਹ ਡੈਮੋਕ੍ਰੇਸੀ ਦੇ ਉੱਤੇ ਬਹੁਤ ਵੱਡਾ ਹਮਲਾ ਹੈ, ਤੇ ਸਾਰੇ ਥਾਵਾਂ ਤੇ ਪ੍ਰੋਟੈਸਟ ਹੋਏ। ਪ੍ਰੋਟੈਸਟ ਹੋਣ ਤੋਂ ਬਾਅਦ ਟ੍ਰਿਬਿਊਨ ਜੱਜ ਅੜ ਗਏ ਦਿੱਤੇ। ਕੱਲ ਤੁਸੀਂ ਦੇਖਿਆ ਹੋਣਾ ਇੱਕ ਈਮੇਲ ਆਉਂਦੀ ਹੈ ਟ੍ਰਿਬਿਊਨ ਵਾਲਿਆਂ ਨੂੰ ਰਾਤ ਨੂੰ ਲੇਟ ਨਾਈਟ, ਇਹਦੀ ਕਿਰਪਾ ਕਰਕੇ ਇੰਨੀ ਤਾਰੀਖ ਤੱਕ ਤੁਸੀਂ ਸਾਨੂੰ ਆਹ ਇਨਫੋਰਮੇਸ਼ਨ ਦਿਓ, ਤੁਹਾਡੇ ਅਖਬਾਰ ਦੇ ਵਿੱਚ ਰਿਪੋਰਟ ਛਪੀ ਹੈ, ਆਹ ਬੰਦੇ ਜੋ ਇਨਫੋਰਮੇਸ਼ਨ ਹੈ ਉਹ ਸਾਡੇ ਨਾਲ ਸਾਂਝੀ ਕਰੋ ਤੇ ਇੰਨੇ ਵਜੇ ਤੱਕ ਕਰੋ। ਤੇ ਬੜੇ ਅਦਬ ਤੇ ਸਤਿਕਾਰ ਦੇ ਨਾਲ ਟ੍ਰਿਬਿਊਨ ਦੇ ਐਡੀਟਰ ਇਨ ਚੀਫ ਹਰੀਸ਼ ਕਰਨ ਨੇ ਰਿਸੀਵ ਕਰਤਾ ਕਿ ਸ਼੍ਰੀਮਾਨ ਇਹ ਨਹੀਂ ਹੋ ਸਕਦਾ, ਟ੍ਰਿਬਿਊਨ ਇੱਕ ਜ਼ਿੰਮੇਵਾਰ ਅਖਬਾਰ ਹੈ, ਅਸੀਂ ਜੋ ਕੁਛ ਛਾਪਿਆ ਜ਼ਿੰਮੇਵਾਰੀ ਨਾਲ ਛਾਪਿਆ, ਅਸੀਂ ਦੀ ਰਿਸਪੋਂਸੀਬਿਲਟੀ ਓਨ ਕਰਦੇ ਹਾਂ, ਸਾਡੀ ਰਿਪੋਰਟਰ ਤੇ ਸਾਨੂੰ ਮਾਣ ਹੈ ਜਿਹਨੇ ਇਹ ਐਡੀ ਵੱਡੀ ਇਨਵੈਸਟੀਗੇਟਿੰਗ ਸਟੋਰੀ ਕੱਢੀ ਹੈ, ਤੇ ਤੁਸੀਂ ਆਲਰੇਡੀ ਮੁਕੱਦਮਾ ਸਾਡੇ ਤੇ ਦਰਜ ਕਰ ਚੁੱਕੇ ਹੋ, ਜਦੋਂ ਮੁਕੱਦਮਾ ਦਰਜ ਕਰ ਚੁੱਕੇ ਹੋ ਕਾਰਵਾਈ ਨੂੰ ਗਾਹ ਕਰੋ, ਅਸੀਂ ਮੁਕਾਬਲਾ ਕਰਾਂਗੇ, ਅਸੀਂ ਫੇਸ ਕਰਾਂਗੇ, ਅਸੀਂ ਕਾਨੂੰਨ ਦਾ ਸਾਹਮਣਾ ਕਰਾਂਗੇ। ਜਦੋਂ ਉਹਨੇ ਇਹ ਸਾਰਾ ਕੁਛ ਕਹਿਤਾ ਤਾਂ ਮੈਨੂੰ ਫਿਰ ਉਹ ਟਾਈਮ ਯਾਦ ਆਇਆ, ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਟ੍ਰਿਬਿਊਨ ਇੱਕ ਨਮੋਸ਼ੀ ਸਹਿਣੀ ਪਈ ਸੀ। ਕਿਉਂ ਸਹਿਣੀ ਪਈ ਸੀ? ਉਹ ਇਸ ਕਰਕੇ ਸਹਿਣੀ ਪਈ ਸੀ ਕਿ ਜਿਸ ਵੇਲੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਸੀ ਉਸ ਵੇਲੇ ਇੱਕ ਨਿਊਜ਼ ਆਈਟਮ ਪ੍ਰਕਾਸ਼ਿਤ ਹੋ ਗਈ ਸੀ ਟ੍ਰਿਬਿਊਨ ਅਖਬਾਰ ਦੇ ਵਿੱਚ, ਜਿਹਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਬਿਕਰਮਜੀਤ ਸਿੰਘ ਮਜੀਠੀਆ ਇਹ ਚਿੱਟੇ ਦੇ ਵਪਾਰ ਨਾਲ ਜਿਹੜੀ ਸਮਗਲਿੰਗ ਦਾ ਮਾਲ ਹੈ ਉਹਦੇ ਨਾਲ ਇਹਦੀ ਭਾਈਵਾਲੀ ਹੈ, ਇਹ ਉਹਨਾਂ ਦੇ ਚਿੱਟੇ ਦੇ ਸਮਗਲਰਾਂ ਦੀ ਸਪੋਰਟ ਕਰਦਾ, ਤੇ ਉਹਨੇ ਨੋਟਿਸ ਦਿੱਤਾ ਸੀ ਕਾਨੂੰਨੀ ਨੋਟਿਸ ਕਿ ਤੁਹਾਡੇ ਤੇ ਕਿਉਂ ਨਾ ਕਾਰਵਾਈ ਕੀਤੀ ਜਾਵੇ। ਤੇ ਇਹ ਫਿਰ ਜਿੰਨੀ ਜਗ੍ਹਾ ਦੇ ਉੱਤੇ ਉਹ ਖ਼ਬਰ ਛਪੀ ਸੀ ਲਗਭਗ ਉਨੀ ਜਗ੍ਹਾ 'ਚ
मोटे अखरां दे नाल ट्रिब्यून अखबार ने मुआफी मंगी सी बिक्रम सिंह मजीठिए तो उस वे सारी दुनिया दे विच मजीठिए दे हमायतियां ने अकाली दल वाले ने दावे करने शुरू करते सी कि ट्रिब्यून अखबार से मुआफी मंगने दे नाल बिक्रम सिंह मजीठिया नू जिहड़ा हैगा एक किस्म दी क्लीन चिट मिल गई और तो मामला का ठंडा पै गया सी। उस तो बाद इहदा फिर नतीजा की होया सी ट्रिब्यून ट्रस्ट दे विच कलेश पिया ते कलेश इथों तक वध गया कि ट्रिब्यून ट्रस्ट दे चेयरपर्सन सी जस्टिस सोढ़ी उन्हां नू अहुदे तों हटाया गया चेयरमैनी तों और उत्थे नवा चेयरमैन लाया गया जिहड़ी ओह कमीशन उहदे बहुत सारे पत्रकारां ने बहुत सारे दानशमंदां ने इस गल नू नोट कीता सी कि ट्रिब्यून ने अपनियां रवायतां दे उल्ट जाके ट्रिब्यून दा जिहड़ा देश भगती वाला रोल सी उहदे उल्ट जाके ट्रिब्यून उस मजीठिए तों डर गया जिहड़े मजीठिया दे खानदान दे उल्ट वाले जिहड़े सरदार दयाल सिंह मजीठिया सी उन्होंने सिस्टम किया उदो यह लगता सी। लेकिन अज मैं महसूस करदा एक पत्रकार होने के नाते मेरा भी सिर जिहड़ा फखर नाल उच्चा हुंदा है कि जिहड़ी उह गलती कीती सी उस गलती नूं सुधारे नहीं सगों एड्डी वड्डी इनवेस्टिगेटिव स्टोरी कढ के ट्रिब्यून ने ते सरकार दे सामने अड़ के साबित कर दिता है कि मीडिया नूं कदे दबाया नहीं जा सकता मीडिया की आवाज बंद नहीं की जा सकती वक्ती तौर से तुसी बेशक जो मर्जी कर लो सॉरी जी हुण आपां मीडिया की आजादी की गल करिए उम्र के लिहाज के नाल बहुत सारा जिहड़ा है इतिहास वह मेरी अखां के सामने आ जाता है साडे बहुत सारे स्रोतों इस गल का पता होना है कि 25 जून 1975 नूं भारत दे विच इंदिरा गांधी ने एमरजेंसी लाती सी ते एमरजेंसी लाउण दा कारण की सी ओह इह सी कि इंदिरा गांधी ने पार्लीमेंट की जिहड़ी चोण लड़ी सी उस चोण दे विच सरकारी मशीनरी की दुरवरतों होण दे दोष सामने आ गए सी उन्हां दोषां नूं दुरुस्त मंनदिआं इलाहाबाद हाई कोर्ट दे एक जज साहिब ने राज नारायण की पटीशन नूं प्रवान किया ते इंदिरा गांधी की चोण नूं गैर कानूनी करार दे दिता सी। उस वे सारे देश दे विच मंग उठी सी कि इंदिरा गांधी नूं अस्तीफा दे देना चाहिए लेकिन इंदिरा गांधी ने अस्तीफा देने की थां देश दे विच एमरजेंसी लाती सी यह कहिंदे होया कि कुछ सज्जे पक्षी ताकतां देश विच अनारकी फैलाउणा चाहुंदियां अफरा तफरी फैलाउणा चाहुंदियां और उस वेले वह एमरजेंसी का जिहड़ा सब तो खतरनाक वार सी वह मीडिया से होया सी सारे अखबारों के दफ्तरों के सरकारी अफसर बह गए सी जो सरकार ने गाइडलाइनस दित्तियां सी उन्हां गाइडलाइनस दे उत्ते पहरा दिंदिआं होइआं वह हर उस खबर नूं कह दिंदे सी कि यह खबर जिहड़ी हैगी है देश विरोधी है यह देश दे हित च नहीं ते यह देश यह खबर जिहड़ी हैगा जिहड़ी है प्रकाश नहीं होनी चाहीदी ਉਦੋਂ ਵੀ ਮੀਡੀਆ ਨੇ ਇੱਕ ਰਾਹ ਕੱਢਿਆ ਸੀ ਮੀਡੀਆ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਪਹਿਲਾਂ ਉਹਨਾਂ ਨੇ ਇੱਕ ਥਾਂ ਖਾਲੀ ਛੱਡਣਾ ਸ਼ੁਰੂ ਕਰਤਾ ਜਿੱਥੇ ਕਹਿੰਦੇ ਹੁੰਦੇ ਆਹ ਖਬਰ ਗਲਤ ਹੈ ਅਖਬਾਰ ਪੂਰਾ ਹੁੰਦਾ ਸੀ ਉੱਥੇ ਅੱਖਰ ਨਹੀਂ ਹੁੰਦੇ ਸੀ ਉਹ ਜਗ੍ਹਾ ਬਿਲਕੁਲ ਸਫੈਦ ਹੁੰਦੀ ਸੀ ਜੀ ਲੋਕਾਂ ਨੂੰ ਪਤਾ ਲੱਗ ਜਾਂਦਾ ਸੀ ਕੋਈ ਗੜਬੜ ਹੈ ਤੇ ਫਿਰ ਹੌਲੀ ਹੌਲੀ ਕੁਝ ਮੀਡੀਆ ਵਾਲਿਆਂ ਨੇ ਇੱਕ ਨਵਾਂ ਦਾਅ ਕੱਢਿਆ ਉਹ ਫਿਰ ਕੀ ਲਿਖਣ ਲੱਗ ਗਏ ਸੈਂਸਰ ਦੀ ਕੈਂਚੀ ਸੈਂਸਰ ਦੀ ਭੇਟ ਇਹ ਖਬਰ ਸੈਂਸਰ ਦੀ ਭੇਟ ਚੜ ਗਈ ਹੈ ਤਾਂ ਲੋਕਾਂ ਨੂੰ ਹੋਰ ਜ਼ਿਆਦਾ ਜਿਆਸਾ ਪੈਦਾ ਹੁੰਦੀ ਸੀ ਤੇ ਲੋਕਾਂ ਦੀਆਂ ਭਾਵਨਾਵਾਂ ਸਰਕਾਰ ਦੇ ਖਿਲਾਫ ਇੰਦਰਾ ਗਾਂਧੀ ਦੇ ਖਿਲਾਫ ਉਸ ਵੇਲੇ ਹੋਣ ਲੱਗ ਗਈਆਂ ਸੀ ਔਰ ਫਿਰ ਉਹ ਟਾਈਮ ਆਇਆ ਸੀ ਜਦੋਂ ਕੁਝ ਅਖਬਾਰਾਂ ਦੀ ਪ੍ਰਿੰਟਿੰਗ ਬੰਦ ਕਰਵਾਉਣ ਵਾਸਤੇ ਸਰਕਾਰ ਨੇ ਬਿਜਲੀ ਕੁਨੈਕਸ਼ਨ ਕੱਟ ਦਿੱਤੀ ਇਹ ਕਹਿੰਦੇ ਹੋਏ ਕਹਿੰਦੇ ਜੀ ਬਿਜਲੀ ਬਿੱਲ ਨਹੀਂ ਭਰਿਆ ਇਹਨਾਂ ਵੱਲ ਬਕਾਇਆ ਜੀ ਇਹਨਾਂ ਦਾ ਲੋਡ ਜ਼ਿਆਦਾ ਤੇ ਮੇਰੇ ਫਿਰ ਸੁਖਮੈਬ ਜੀ ਉਹ ਟਾਈਮ ਯਾਦ ਆਇਆ ਉਹਨਾਂ ਵੇਲਿਆਂ ਦੇ ਵਿੱਚ ਕੁਝ ਅਖਬਾਰਾਂ ਨੇ ਆਪਣਾ ਕਾਰੋਬਾਰ ਚੱਲਦਾ ਰੱਖਣ ਵਾਸਤੇ ਜਨਰੇਟਰ ਸੈੱਟ ਤਾਂ ਉਦੋਂ ਇੰਨੇ ਜ਼ਿਆਦਾ ਪ੍ਰਚਲਿਤ ਨਹੀਂ ਸੀ ਉਦੋਂ ਹੁੰਦੇ ਸੀ ਟਰੈਕਟਰ ਟਰੈਕਟਰਾਂ ਦੇ ਨਾਲ ਫਿਰ ਉਹਨਾਂ ਨੇ ਆਪਣੀਆਂ ਮਸ਼ੀਨਾਂ ਚਲਾਈਆਂ ਤੇ ਅਖਬਾਰ ਛਪਦੇ ਰਹੇ ਜੇ ਐਮਰਜੈਂਸੀ ਦੇ ਵਿੱਚ ਅਖਬਾਰ ਆਪਦਾ ਕੰਮ ਕਰਨ ਤੋਂ ਨਹੀਂ ਹਟ ਸਕੇ ਜੇ ਇੰਦਰਾ ਗਾਂਧੀ ਵਰਗੀ ਜਿਹਨੂੰ ਆਪਾਂ ਕਹਿ ਦਈਏ ਉਸ ਸਮੇਂ ਦੀ ਤਾਨਾਸ਼ਾਹ ਨੇ ਪ੍ਰੈਸ ਦਾ ਗਲਾ ਘੁੱਟਣ ਦਾ ਯਤਨ ਕੀਤਾ ਤੇ ਉਹ ਘੁੱਟ ਨਹੀਂ ਸਕੀ ਪ੍ਰੈਸ ਫਿਰ ਜਿਉਂਦੀ ਰਹੀ ਤੇ ਉਸੇ ਇੰਦਰਾ ਗਾਂਧੀ ਨੂੰ 19 ਮਹੀਨਿਆਂ ਬਾਅਦ ਜਦੋਂ ਐਮਰਜੈਂਸੀ ਖਤਮ ਕਰਨੀ ਪਈ ਤਾਂ ਫਿਰ ਤੁਸੀਂ ਦੇਖੋ ਵੀ ਉਸ ਐਮਰਜੈਂਸੀ ਤੋਂ ਬਾਅਦ ਜਦੋਂ ਇਲੈਕਸ਼ਨ ਹੁੰਦੀ ਹੈ 1977 ਦੇ ਵਿੱਚ ਸਾਰੀਆਂ ਏਜੰਸੀਆਂ ਨੇ ਖੁਫੀਆ ਏਜੰਸੀਆਂ ਨੇ ਇੰਦਰਾ ਗਾਂਧੀ ਨੇ ਇਹ ਕਹਿਤਾ ਸੀ ਕਿ ਮੈਡਮ ਤੁਹਾਡੀ ਪਾਪੂਲਰਿਟੀ ਇੰਨੀ ਜ਼ਿਆਦਾ ਹੈ
लोग थोड़े इन्ने मुरीद है कि तुसी चोणा करा दे तो थोनू दुनिया की कोई ताकत हरा ही नहीं सकती। इंदिरा गांधी ने चोणा का ऐलान किया, अपोजिशन ना की कोई धिरी है नहीं सी, पार्टियां खिड़िया पुट गए सी, लीडर जेलां भी सुटे पे सी, कोई किते कोई किते जिवें कहिंदे हुंदे आ कि तो इट चक्की ते किसे रोड़ा चक्या करके जयप्रकाश नारायण की अगुवाई दे विच एक सो कॉल्ड जनता पार्टी बन गई। कांग्रेस पार्टी पई चौधरी जगजीवर राम बाहर निकलिया, बाबू जगजीवर राम उन्होंने सीएफडी बना ली कांग्रेस फॉर डेमोक्रेसी, किते कोई किते कोई इलेक्शन जो फिर सारे ने तक एक मुठ से होकर लड़ी तो तुम हैरान होवोगे जो रिजल्ट आया सी। और रिजल्ट यह कि जम्मू कश्मीर तो लेके कन्याकुमारी तक कांग्रेस पार्टी का सफाया हो गया सी। तानाशाही की प्रतीक मीडिया का गला घुटन वाली, लोगों के जिहड़े हैगे जमहूरी अधिकारां दा घाण करन वाली, ना सिर्फ इंदिरा गांधी खुद हारी सगो मूहरे लग के उहदियां नीतियां नूं लागू करन वाला इहदा ला पुत सी संजय गांधी, वह भी सुखनैर जी हार गया सी पूरी तरह, कांग्रेस पार्टी धोती गई सीगी। जी हुण इत्थे मैं इह पॉइंट मैं क्यों बनाया जी, आपोजिशन जिहड़ी खेडी पूरी पई सी लोग जेलां च पए सी, पापुलैरिटी उहनां दी नहीं सी कि उहनां दी पापुलैरिटी करके लोगों ने इंदिरा गांधी नूं हराता। इंदिरा गांधी दीआं ज्यादतियां जिथे सी उन्हां ज्यादतियां नूं अपने तरीके नाल मीडिया ने एक्सपोर्ट किया सीगा, मीडिया ने दस्सिया सी लोगों नूं थां खाली छड़ छड़ के यह लिख लिख के कि सेंसर की भेख सेंसर की कैंची मीडिया ने आपका काम किया सी। ते हुण जो कुछ इंदिरा गांधी ने किया सी लगभग उन्हां राहां दे उत्ते नरेंद्र मोदी साहब की सरकार चली हुई है। सवाल है इस वेले रचना खहरा का नहीं जां कल्ले ट्रिब्यून अखबार का नहीं, यह सवाल है इस वेले समुचे मीडिया का है। सवाल इस वे जी है साड़ी डेमोक्रेसी बचाने साड़ी सरकार जिन राह से चल पी है, यह राह वो राह है जिहड़े तानाशाही की जी अगली धर्म है उन्होंने कहने असी फाशीवाद, यह फाशीवाद वाले पास में तुरी हुई है। फाशीवाद को रोकने वास्ते क्योंकि सब तो जरा कारगर हथियार वह मीडिया होंगे जिन्होंने आपोजिशन पार्टियां भी इस्तेमाल कर दी है, मीडिया आपका भी रोल अदा करता है, डरदिया होया सरकार इस रास्ते तुरी हुई है। सॉरी हम अगला जो आप देखिए इस वे देश के बहुत अनारकी फैली हुई है जी। तुम देखा होना कि चुनिया हुई जगह संस्थाव चुनिया हुई संस्थाव अजिहे लोगों को बिठाया जा रहा है जेडे आर एस एस का जो है एजेंडा लागू कर रहे हैं। कल तुम देखा होना खबर पंजाब रिलेटेड है, वह खबर की है, वह खबर यह है कि पंजाब टैक्नीकल यूनीवर्सिटी जिहदा नाम बदल के मरहूम प्रधानमंत्री इंद्र कुमार गुजराल टैक्नीकल यूनीवर्सिटी करता, उहदा साबका वाइस चांसलर डॉक्टर रजनीश अरोड़ा नूं पंजाब दी विजिलेंस ब्यूरो ने अमृतसर तो गिरफ्तार किया है। जिहदा गिरफ्तार किया उसकी गिरफ्तारी दे विचों निकलिया की कुछ है, वह कहिंदे जी उहदे विचों जिहड़ी सब तो वड्डी गल निकल के आई है कि 25 करोड़ रुपए के घाले वाले तो स्पष्ट ही दिखी जांदे इन घाले वाले तो जी। अगली गल देखो कि बगैर कोई इश्तहार दित्या बगैर दरखास्त मंगिया इस ढंग के नाल उन्होंने नियुक्तियां कीतियां आपके खास बंदे दियां किसी नूं पता तक नहीं लग्या जिहड़ी लोड़ी दी जिहड़ी रिक्वायरमेंट है जिहड़ी चाहीदी है योग्यता चाहीदी है बहुते कोल योग्यता भी है नहीं सी। हुण वेखी जावे तो बंदे भर्ती कौन कीते है उन्हां बंदियां दे विचों जी एक तीक्षण सूद है भारतीय जनता पार्टी का वजीर हुंदा सी बादल साहब की सरकार च उहदी बेटी है उहनूं ला अफसर भर्ती किया है लेकिन वह बेटी के कोले ला अफसर की जिहड़ी योग्यता चाहीदी है वह ही है नहीं। तो जे हुण आपां रजनीश अरोड़ा नूं देखिए रजनीश अरोड़ा कौन है जी, रजनीश अरोड़ा पंजाब की आर एस एस का सीनियर वाइस प्रेजिडेंट रह चुके हैं और एक बनवासी आश्रम है परे तुहाडा झारखंड दे एरिए च उस बनवासी आश्रम दे विच यह बंदा 10 साल तक उत्ते उन्हां दा कारोबार करता रहा है, आर एस एस का प्रचार करता रहा है, बनवासियों च जांदा रहा है, उत्थे दा किहड़ा बंदा काम करन वाला है जदों वह बंदे नूं आर एस एस का चीफ लाया जांदा है जां आर एस एस का इंचार्ज लाया जांदा है उस इंचार्ज तो बाद फिर दोबारा उस बंदे नूं पंजाब टैक्नीकल यूनिवर्सिटी का वाइस चांसलर लाया जाता है तो अंदाजा लाओ तुसीं कि जिहड़ी भगवां ब्रिगेड है किस हद तक साडियां जमहूरी विद्यक
ਸੰਸਥਾਵਾਂ ਦੇ ਵਿੱਚ ਇੰਟਰਵੈਂਸ਼ਨ ਕਰ ਰਿਹਾ ਤੇ ਇਹਨੂੰ ਜੀ ਸਭ ਤੋਂ ਪਹਿਲਾਂ ਐਕਸਪੋਜ ਕੀਤਾ ਸੀ ਕਿ ਆਹ ਸਾਰਾ ਕੁਛ ਹੋ ਰਿਹਾ, ਕਿਹਨੇ ਐਕਸਪੋਜ ਕੀਤਾ? ਸਿਰਫ ਤੇ ਸਿਰਫ ਮੀਡੀਆ ਨੇ ਐਕਸਪੋਜ ਕੀਤਾ ਸੀ। ਉਸ ਵੇਲੇ ਬਾਦਲ ਸਾਹਿਬ ਨੇ ਭਾਵੇਂ ਇੱਕ ਇਨਕੁਆਇਰੀ ਲਾਈ, ਲੇਕਿਨ ਉਸ ਇਨਕੁਆਇਰੀ ਨੂੰ ਅਗਾਂਹ ਨਹੀਂ ਸੀ ਤੁਰਿਆ, ਕਿਉਂਕਿ ਆਰ ਐਸ ਐਸ ਦਾ ਪ੍ਰੈਸ਼ਰ ਸੀ। ਆਰ ਐਸ ਐਸ ਨਹੀਂ ਸੀ ਕਿ ਉਹਨਾਂ ਦੇ ਬੰਦੇ ਦੀ ਪੜਤਾਲ ਹੋਵੇ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਇੰਚਾਰਜ ਲਾਤਾ ਇਹਨੂੰ ਆਪਣੇ ਨੂੰ ਕਾਹਨ ਸਿੰਘ ਪੰਨੂ ਨੂੰ ਵਾਈਸ ਚਾਂਸਲਰ ਉਹਨੂੰ ਲਾਤਾ। ਕਾਹਨ ਸਿੰਘ ਪੰਨੂ ਨੇ ਆ ਕੇ ਸਾਰਾ ਕੱਚਾ ਚਿੱਠਾ ਕੱਢ ਲਿਆ, ਉਹਨੇ ਦੇਖ ਲਿਆ ਵੀ ਆਹ ਦੇਖੋ ਜੀ ਬੜਾ ਘਾਲਾ ਮਾਲਾ ਹੋਇਆ, ਇਹਨਾਂ ਨੇ ਤਾਂ ਗਲਤੀਆਂ ਬੜੀਆਂ ਕੀਤੀਆਂ, ਇਹਨਾਂ ਨੇ ਬੇਨਤੀਆਂ ਬੜੀਆਂ ਕੀਤੀਆਂ ਔਰ ਕਰੋੜਾਂ ਅਰਬਾਂ ਰੁਪਈਆਂ ਦੀ ਚੀਜ਼ ਹੋ ਗਈ। ਤਾਂ ਕਾਹਨ ਸਿੰਘ ਪੰਨੂ ਦੀ ਗੱਲ ਨੂੰ ਵੀ ਦਰਗੁਜ਼ਰ ਕਰ ਦਿੱਤਾ ਤੇ ਕਾਹਨ ਸਿੰਘ ਪੰਨੂ ਦੀ ਟ੍ਰਾਂਸਫਰ ਚੱਕ ਕੇ ਪ੍ਰਦੂਸ਼ਣ ਬੋਰਡ ਦੇ ਵਿੱਚ ਕਰਤੀ ਸੀ। ਬੜਾ ਰੌਲਾ ਪਿਆ ਸੀ ਉਸ ਵੇਲੇ। ਸਾਡੇ ਸਹਿਯੋਗੀ ਹੈ ਮਿੱਤਰ ਹੈ ਮੇਰਾ ਮਿੰਟੂ ਗੁਰੂ ਸਰੀਆ, ਮਿੰਟੂ ਗੁਰੂ ਸਰੀਏ ਨੇ ਇਸ ਮਾਮਲੇ ਨੂੰ ਬੜਾ ਵਧੀਆ ਰੇਡੀਓ ਤੇ ਵੀ ਟੀਵੀ ਚੈਨਲਾਂ ਤੇ ਵੀ ਤੇ ਅਖਬਾਰਾਂ ਦੇ ਵਿੱਚ ਵੀ ਉਠਾਇਆ ਸੀ ਕਿ ਕਾਹਨ ਸਿੰਘ ਪੰਨੂ ਨਾਲ ਜ਼ਿਆਦਤੀ ਹੋ ਰਹੀ ਹੈ, ਧੱਕਾ ਹੋ ਰਿਹਾ। ਉਹਨਾਂ ਦਿਨਾਂ ਚ ਖਬਰਾਂ ਆਈਆਂ ਸੀ ਕਿ ਪੰਜਾਬ ਸਰਕਾਰ ਨੇ ਕਾਹਨ ਸਿੰਘ ਪੰਨੂ ਨੂੰ ਵੀ ਪਾਸੇ ਇਸ ਕਰਕੇ ਕੀਤਾ ਕਿਉਂਕਿ ਦਿੱਲੀ ਦੇ ਵਿੱਚ ਬੈਠੇ ਜਿਹੜੇ ਆਰ ਐਸ ਐਸ ਦੇ ਪ੍ਰਭੂ ਹੈ ਉਹਨਾਂ ਨੇ ਇੱਕ ਕਿਸਮ ਦਾ ਪੰਜਾਬ ਸਰਕਾਰ ਲਈ ਬਾਂਹ ਨੂੰ ਮਰੋੜਾ ਦੇ ਲਿਆ ਸੀ ਕਿ ਜੇ ਆਹ ਨਹੀਂ ਕਰੋਗੇ ਤਾਂ ਅਸੀਂ ਆਹ ਕਰੋਗੇ, ਇਹ ਕੁਛ ਕਰਨਾ ਪੈਣਾ। ਸੋ ਇਸ ਕਰਕੇ ਮੈਂ ਜਿਹੜੀ ਮੇਰੀ ਸਮਝ ਹੈ ਕਿ ਮੀਡੀਆ ਤੋਂ ਜਿਹੜੀ ਮੋਦੀ ਸਰਕਾਰ ਹੈ, ਆਰ ਐਸ ਐਸ ਹੈ, ਭਾਗਵਾ ਬ੍ਰਿਗੇਡ ਹੈ, ਉਹ ਇਸ ਕਰਕੇ ਡਰਿਆ ਹੋਇਆ ਕਿ ਆਹ ਚੀਜ਼ਾਂ ਸਾਰੀਆਂ ਮੀਡੀਆ ਸਾਹਮਣੇ ਲੈ ਕੇ ਆ ਰਿਹਾ। ਫਖਰ ਦੀ ਗੱਲ ਇਹ ਹੈ, ਮਾਣ ਦੀ ਗੱਲ ਇਹ ਹੈ ਕਿ ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ, ਇੰਨਾ ਦਬਾਅ ਹੋਣ ਦੇ ਬਾਵਜੂਦ ਵੀ ਭਾਰਤ ਦਾ ਮੀਡੀਆ, ਸਾਡੇ ਉੱਤਰੀ ਖੇਤਰ ਦਾ ਮੀਡੀਆ ਜਿਵੇਂ ਇੱਕਦਮ ਇਕੱਠਾ ਹੋਇਆ ਔਰ ਇਕੱਠਾ ਹੋ ਕੇ ਆਵਾਜ਼ ਬੁਲੰਦ ਕੀਤੀ ਹੈ। ਤੁਸੀਂ ਦੇਖਿਆ ਹੁਣ ਸਾਰੇ ਥਾਵਾਂ ਦੇ ਉੱਤੇ ਨਿੱਕੇ ਨਿੱਕੇ ਥਾਵਾਂ ਦੇ ਉੱਤੇ ਮੁਜ਼ਾਹਰੇ ਹੋ ਰਹੇ ਹੈ ਤੇ ਉਹਦਾ ਨਤੀਜਾ ਹੈ ਕਿ ਹੁਣ ਭਾਰਤ ਸਰਕਾਰ ਪੁੱਟਦਾ ਰਹੇ ਹੋ ਤੁਸੀਂ, ਜਿਹਨੂੰ ਅਸੀਂ ਅੰਗਰੇਜ਼ੀ ਚ ਕਹਿ ਦਿੰਦੇ ਹਾਂ ਬੈਕ ਫੁੱਟ, ਕਹਿੰਦੇ ਜੀ ਪਰਚਾ ਤਾਂ ਦਰਜ ਕੀਤਾ ਹੈ ਤੇ ਜਿਹੜੀ ਰਚਨਾ ਖੈਰ ਹੈ ਉਹਨੂੰ ਦੋਸ਼ੀ ਨਹੀਂ ਬਣਾਇਆ, ਉਹਨੂੰ ਤਾਂ ਸਿਰਫ ਉਹਦਾ ਜ਼ਿਕਰ ਕੀਤਾ ਕਿ ਉਹਦੀ ਖਬਰ ਸੀ ਤੇ ਰਚਨਾ ਖਹਿਰਾ ਨੂੰ ਅਸੀਂ ਸਹਿਯੋਗੀ ਦੇ ਤੌਰ ਤੇ, ਰਚਨਾ ਖਹਿਰਾ ਨੂੰ ਅਸੀਂ ਇੱਕ ਅਦਾਲਤੀ ਮਿੱਤਰ ਗਵਾਹ ਦੇ ਤੌਰ ਤੇ, ਅਦਾਲਤੀ ਮਿੱਤਰ ਦੇ ਤੌਰ ਤੇ ਅਸੀਂ ਉਹਨੂੰ ਟ੍ਰੀਟ ਕਰਾਂਗੇ। ਇਹ ਸਾਰਾ ਕੁਛ ਇਸ ਕਰਕੇ ਹੋਇਆ ਕਿਉਂਕਿ ਮੀਡੀਆ ਇੱਕ ਮੁੱਠ ਹੈ, ਦੇਸ਼ ਦਾ ਡੈਮੋਕਰੇਟਿਕ ਸਿਸਟਮ ਹੈ, ਉਹ ਦੇਸ਼ ਦਾ ਡੈਮੋਕਰੇਟਿਕ ਸਿਸਟਮ ਥੋੜਾ ਜਿਹਾ ਪੱਕੇ ਪੈਰੀ ਹੋਇਆ। ਠੀਕ ਹੈ ਆਪੋਜੀਸ਼ਨ ਪਾਰਟੀਆਂ ਕਮਜ਼ੋਰ ਆ, ਉਹਨਾਂ ਦੇ ਹੱਥ ਵੱਸ ਨਹੀਂ, ਲੇਕਿਨ ਜਿੱਥੋਂ ਤੱਕ ਇਸ ਦੇਸ਼ ਦੀ ਸੰਸਕ੍ਰਿਤੀ ਹੈ, ਇਸ ਦੇਸ਼ ਦਾ ਇਤਿਹਾਸ ਹੈ, ਇਸ ਦੇਸ਼ ਦਾ ਸੱਭਿਆਚਾਰ ਹੈ, ਮੈਂ ਇਹਦੇ ਬਾਰੇ ਕਾਫੀ ਮਗਨ ਖਪਾਈ ਕੀਤੀ ਹੈ, ਕਾਫੀ ਕੁਛ ਪੜਿਆ ਕਿ ਦੇਸ਼ ਦੇ ਲੋਕਾਂ ਦਾ ਕਰੈਕਟਰ ਜਿਹੜਾ ਹੈਗਾ, ਦੇਸ਼ ਦਾ ਕਰੈਕਟਰ ਬੁਨਿਆਦੀ ਤੌਰ ਤੇ ਜਿਹੜਾ ਹੈ ਉਹ ਡੈਮੋਕਰੇਟਿਕ ਹੈ ਤੇ ਡੈਮੋਕਰੇਟਿਕ ਕਰੈਕਟਰ ਜਿਹੜਾ ਹੈਗਾ ਉਹ ਸਰਕਾਰਾਂ ਨੂੰ, ਹਾਕਮਾਂ ਨੂੰ ਇੱਕ ਹੱਦ ਤੱਕ ਤਾਂ ਦੱਸ ਦੇ ਦਿੰਦਾ ਕਿ ਤੁਸੀਂ ਜ਼ਿਆਦਤੀਆਂ ਕਰ ਲਓ, ਪਰ ਉਹ ਇੰਨੀ ਖੁੱਲੀ ਖੇਡ ਵੀ ਖੇਡਣ ਨਹੀਂ ਦਿੰਦਾ ਕਿ ਹਾਕਮ ਜੋ ਮਰਜ਼ੀ ਕਰ ਲੈਣ। ਇਹਦੇ ਵਿੱਚ ਸਭ ਤੋਂ ਵੱਡੀ ਮਿਸਾਲ ਜਿਹੜੀ ਹੈਗੀ ਉਹ ਆਪਾਂ ਦੇਖ ਸਕਦੇ ਹਾਂ ਇੰਦਰਾ ਗਾਂਧੀ ਦੀ, ਔਰ ਉਹ ਤੋਂ ਬਾਅਦ ਜੇ ਤੁਸੀਂ ਮਿਸਾਲ ਦੇਖਣੀ ਹੋਵੇ ਤਾਂ ਫਿਰ ਤੁਸੀਂ ਪੰਜਾਬ ਦੀ ਮਿਸਾਲ ਦੇਖ ਸਕਦੇ ਹੋ। ਪੰਜਾਬ ਦੇ ਵਿੱਚ ਜਿਹੜਾ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਜੂਦ ਵਿੱਚ ਲਿਆਉਣ ਵਾਸਤੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਪੈਦਾ ਹੋਇਆ ਸੀ 1920 ਦੇ ਵਿੱਚ, ਉਸ ਅਕਾਲੀ ਦਲ ਦੇ ਡੰਕੇ ਬੋਲਦੇ ਹੁੰਦੇ ਸੀ ਸਾਰੇ ਇਸ ਖਿੱਤੇ ਦੇ ਵਿੱਚ, ਉੱਤਰੀ ਭਾਰਤ ਦੇ ਵਿੱਚ ਐਮਰਜੈਂਸੀ ਦੀ ਜੇ ਆਪਾਂ ਦੇਖੀਏ ਤਾਂ ਵੱਡੇ ਵੱਡੇ ਲੋਕ ਐਮਰਜੈਂਸੀ ਦੇ ਚੂਹੇ ਬਣ ਕੇ ਬਹਿ ਗਏ ਸੀ, ਜਿਹਨਾਂ ਦੇ ਵਿੱਚ ਚਿੱਠੀਆਂ ਲਿਖਣ ਲੱਗ ਗਏ ਸੀ ਇੰਦਰਾ ਗਾਂਧੀ ਨੂੰ ਕਿ ਦੁਰਗਾ ਮਾਂ ਜਿਵੇਂ ਕਹੇਗੀ ਉਵੇਂ ਕਰਾਂਗੇ, ਕਿਰਪਾ ਕਰਕੇ ਸਾਡਾ ਛੁਟਕਾਰਾ ਕਰ ਦਿਓ। ਪਰ ਉਸ ਵੇਲੇ ਦੇ ਅਕਾਲੀ ਦਲ ਨੇ ਉਦੋਂ ਇਹਦੇ ਖਿਲਾਫ਼ ਇੱਕ ਮੋਰਚਾ ਲਾਇਆ ਸੀ ਤੇ ਉਹ ਮੋਰਚਾ 19 ਮਹੀਨੇ ਚੱਲਦਾ ਰਿਹਾ ਸੀਗਾ ਤੇ ਅੱਜ ਉਸ ਅਕਾਲੀ ਦਲ ਦੀ ਹਾਲਤ ਦੇਖ ਲਓ, ਪੰਜਾਬ ਹੋਈ ਕੀ ਹੈ। ਅੱਜ ਉਸ ਅਕਾਲੀ ਦਲ ਦੇ ਕੋਲੇ ਵਿਰੋਧੀ ਧਿਰ ਦੇ ਰੁਤਬੇ ਦੀ ਪੁਜੀਸ਼ਨ ਵੀ ਹੈਗੀ, ਉਹ ਵੀ ਆਮ ਆਦਮੀ ਪਾਰਟੀ ਜਿਹੜੀ ਕੱਲ੍ਹ ਜੰਮੀ ਹੈ ਉਹਦੇ ਕੋਲੇ ਚਲੀ ਗਈ ਹੈ। ਕਿਉਂ ਚਲੀ ਗਈ? ਇਸ ਕਰਕੇ ਕਿਉਂਕਿ ਅਕਾਲੀ ਦਲ ਦੇ ਵਿੱਚ ਜਿਹੜੀ ਨਵੀਂ ਪੀੜ੍ਹੀ ਆਈ ਹੈ ਉਹ ਨਵੀਂ ਪੀੜ੍ਹੀ ਜਿਹੜੀ ਹੈ ਜਮਹੂਰੀ ਕਰੈਕਟਰ ਨੂੰ ਛੱਡ ਕੇ ਤਾਨਾਸ਼ਾਹੀ ਤੌਰ ਤਰੀਕਿਆਂ ਦੇ ਨਾਲ ਪਾਰਟੀ ਨੂੰ ਤੇ ਪੰਜਾਬ ਨੂੰ ਚਲਾਉਣ ਲੱਗ ਗਈ ਸੀ। ਜਿਵੇਂ ਕਾਰਪੋਰੇਟ ਘਰਾਣੇ ਆਪਣੇ ਕਾਰੋਬਾਰ ਨੂੰ ਚਲਾਉਂਦੇ ਹੈ, ਸਰਕਾਰ ਨੂੰ ਤੇ ਲੋਕਤੰਤਰ ਨੂੰ ਇਸ ਤਰ੍ਹਾਂ ਚਲਾਉਣ ਲੱਗ ਗਏ ਸੀ। ਪਰ 10 ਸਾਲ ਤੱਕ ਲੋਕਾਂ ਨੇ ਝੱਲਿਆ, ਦੇਖਿਆ ਪਹਿਲਾਂ 5 ਸਾਲਾਂ ਵਾਸਤੇ, 5 ਸਾਲਾਂ ਬਾਅਦ ਸਰਕਾਰਾਂ ਬਦਲ ਜਾਂਦੀਆਂ ਸੀ, ਲੇਕਿਨ ਲੋਕਾਂ ਨੇ ਅਕਾਲੀ ਦਲ ਨੂੰ ਇੱਕ ਹੋਰ ਮੌਕਾ ਦਿੱਤਾ। ਪਰ ਜਦੋਂ ਫਿਰ ਟਾਈਮ ਆਇਆ ਉਸ ਵੇਲੇ ਇਹੋ ਜਿਹਾ ਸਬਕ ਸਿਖਾਇਆ ਕਿ ਕੋਈ ਸੋਚ ਸਕਦਾ ਸੀ ਅਕਾਲੀ ਦਲ 117 ਵਿਧਾਇਕਾਂ ਦੇ ਵਿੱਚੋਂ ਘੱਟ ਕੇ 15 ਤੇ ਆ ਕੇ ਖੜ ਜੂਗਾ। ਇਸ ਸਥਿਤੀ ਜਿਹੜੀ ਹੈਗੀ ਹੈ ਸੁਖਨਾਇਕ ਜੀ, ਸਾਡੇ ਦੇਸ਼ ਦੇ
ਡੈਮੋਕਰੇਟਿਕ ਕਰੈਕਟਰ ਦੀ ਹੈ ਤੇ ਮੈਂ ਸਮਝਦਾ ਰਚਨਾ ਖਹਿਰਾ ਨੇ ਜਿਹੜਾ ਇਹ ਐਕਸਪੋਜ਼ ਕੀਤਾ ਸਾਰਾ ਇਹ ਐਡਾ ਵੱਡਾ ਘਾਲਾ ਵਾਲਾ ਐਡਾ ਵੱਡਾ ਘਪਲਾ ਉਹਦੇ ਨਾਲ ਡੈਮੋਕਰੇਸੀ ਭਾਰਤ ਦੀ ਮਜ਼ਬੂਤ ਹੋਈ ਹੈ ਕਿਉਂਕਿ ਜੇ ਇਹਨੂੰ ਐਕਸਪੋਜ਼ ਕੀਤਾ ਸਰਕਾਰ ਨੇ ਉਹਦੇ ਤੇ ਵਾਰ ਕੀਤਾ ਤੇ ਉਸ ਵਾਰ ਦਾ ਮੁਕਾਬਲਾ ਕਰਨ ਵਾਸਤੇ ਸਾਰੇ ਅਗਾਂਹ ਵਧੂ ਲੋਕ ਡੈਮੋਕਰੇਟਿਕ ਲੋਕ ਹੈ ਜਿਹੜੇ ਸੜਕਾਂ ਤੇ ਨਿਕਲ ਆਏ ਤੇ ਅੱਜ ਸਰਕਾਰ ਨੂੰ ਆਪਣਾ ਥੁੱਕਿਆ ਚੱਟਣਾ ਪੈ ਰਿਹਾ ਇਹ ਮੈਂ ਸਮਝਦਾ ਕਿ ਬਹੁਤ ਵੱਡੀ ਪ੍ਰਾਪਤੀ ਹੈ ਮੀਡੀਆ ਦੀ ਬਹੁਤ ਵੱਡੀ ਜਿੱਤ ਆ ਭਾਵੇਂ ਅੰਤਮ ਜਿੱਤ ਨਹੀਂ ਅੰਤਮ ਜਿੱਤ ਹਾਲੇ ਹੋਣੀ ਹੈ ਜੇਕਰ ਇਹ ਨਹੀਂ ਜ਼ਰੂਰ ਹੈ ਕਿ ਸਰਕਾਰ ਬੈਕਫੁੱਟ ਤੇ ਆ ਗਈ ਸਰਕਾਰ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪੈ ਗਿਆ ਕਿ ਰਚਨਾ ਖਹਿਰਾ ਦੋਸ਼ੀ ਨਹੀਂ ਰਚਨਾ ਖਹਿਰਾ ਸਾਡੀ ਮਤਲਬ ਮਸ਼ੀਨ ਦੀ ਸਾਡੀ ਮਸ਼ੀਨਰੀ ਦੀ ਇੱਕ ਕਿਸਮ ਦੀ ਮਿੱਤਰ ਹੈ ਇਹਦੀ ਅਸੀਂ ਮਦਦ ਲਵਾਂਗੇ ਦੋਸ਼ੀਆਂ ਤੱਕ ਪਹੁੰਚਣ ਵਾਸਤੇ ਜੀ ਜੀ ਔਰ ਢਿੱਲੋਂ ਸਾਹਿਬ ਨਾਲ ਨਾਲ ਇਹ ਦੇਖ ਲਿਆ ਕਿ ਚਲੋ ਇਹ ਮਾਮਲਾ ਹੁਣ ਸਾਹਮਣੇ ਆ ਗਿਆ ਪਰ ਸਮੇਂ ਸਮੇਂ ਦੇ ਉੱਤੇ ਮੀਡੀਆ ਦੇ ਉੱਤੇ ਕਦੇ ਨਾ ਕਦੇ ਗਾਜ ਕੋਈ ਡਿੱਗਦੀ ਰਹੀ ਥੋੜਾ ਜਿਹਾ ਪਿੱਛੇ ਚੱਲਦੇ ਆ ਜਦੋਂ ਜਨਸੱਤਾ ਅਖਬਾਰ ਵਾਲਿਆਂ ਨੂੰ ਇਹ ਕਹਿ ਦਿੱਤਾ ਜਾਂਦਾ ਸੀ ਕਿ ਤੁਸੀਂ ਭਾਈ ਹਰਿਆਣੇ ਦੇ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਬੈਠ ਸਕਦੇ ਇੱਕ ਉਹ ਵੀ ਵੇਲਾ ਆਇਆ ਕਿ ਪੰਜਾਬ ਦੇ ਕੁਝ ਅਖਬਾਰ ਆ ਜਿਹੜੇ ਉਨ੍ਹਾਂ ਦੇ ਉੱਤੇ ਸੈਂਸਰ ਵਾਲੀ ਜੇ ਗੱਲ ਕਰੀਏ ਤਾਂ ਕਾਲਾ ਦੌਰ ਜਿਹਨੂੰ ਪੰਜਾਬ ਦੇ ਵਿੱਚ ਕਿਹਾ ਜਾਂਦਾ ਇੱਥੇ ਉਦੋਂ ਵੀ ਖਬਰਾਂ ਸੈਂਸਰ ਹੋ ਕੇ ਛਪਦੀਆਂ ਸੀ ਤੇ ਹੁਣ ਇੱਕ ਹੋਰ ਖਬਰ ਵੀ ਆ ਰਹੀ ਹੈ ਕਿ ਇੱਕ ਚੈਨਲ ਹੈ ਜਿਹਨੂੰ ਸੱਤਾਧਾਰੀ ਧਿਰ ਨੇ ਲਗਭਗ ਬਾਈਕਾਟ ਕਰ ਦਿੱਤਾ ਕਿ ਸਾਬਕਾ ਸੋਰੀ ਵਿਰੋਧੀ ਧਿਰ ਨੇ ਵਿਰੋਧੀ ਵੀ ਨਹੀਂ ਕਹਿ ਸਕਦੇ ਬਾਦਲ ਧਿਰ ਕਿ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਜਾ ਸਕਦੇ ਸੋ ਇਹ ਸਾਰਾ ਕੁਝ ਨਾਲੋ ਨਾਲ ਚੱਲਦਾ ਰਹਿੰਦਾ ਜੀ ਬਿਲਕੁਲ 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 ਤੁਸੀਂ ਠੀਕ ਫਰਮਾਇਆ ਇਹ ਹੈ ਕਿ ਜਿਸ ਬੰਦੇ ਨੇ ਖੁਦ ਡੈਮੋਕਰੇਸੀ ਨੂੰ ਪੈਰਾਂ ਥੱਲੇ ਵਧੋੜਿਆ ਹੁੰਦਾ ਜਦੋਂ ਉਹਨੂੰ ਮੀਡੀਆ ਦਾ ਸਾਹਮਣਾ ਕਰਨਾ ਪੈਂਦਾ ਤੇ ਫਿਰ ਉਹ ਦੁਬਾਰਾ ਇਸ ਕਿਸਮ ਦੇ ਹੱਥ ਕੰਡੇ ਅਪਣਾਉਣੇ ਸ਼ੁਰੂ ਕਰ ਦਿੰਦਾ ਇਹ ਆਪਾਂ ਸਾਰੇ ਜਾਣਦੇ ਹਾਂ ਤੁਸੀਂ ਬਾਦਲ ਪਰਿਵਾਰ ਦੀ ਗੱਲ ਕੀਤੀ ਬਾਦਲ ਘਰਾਣੇ ਦੀ ਗੱਲ ਕੀਤੀ ਮੈਂ ਇਹਨੂੰ ਕਹੂੰਗਾ ਬਾਦਲ ਲਾਣਾ ਜੀ ਬਾਦਲ ਲਾਣਾ ਜਦੋਂ ਪੰਜਾਬ ਦੇ ਵਿੱਚ ਪਾਵਰ ਚ ਆਇਆ ਉਹ ਤੋਂ ਪਹਿਲਾਂ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਤਾਂ ਇੱਕੋ ਚੈਨਲ ਦਾ ਬੋਲਬਾਲਾ ਹੁੰਦਾ ਸੀ ਉਹਨੂੰ ਕਹਿੰਦੇ ਹੁੰਦੇ ਸੀ ਪੰਜਾਬ ਟੂਡੇ ਜੀ ਪੰਜਾਬ ਟੂਡੇ ਚੈਨਲ ਦਾ ਬੋਲਬਾਲਾ ਹੁੰਦਾ ਸੀ ਤੇ ਉਦੋਂ ਇਹ ਸਮਝਿਆ ਜਾਂਦਾ ਸੀ ਕਿ ਉਹ ਚੈਨਲ ਜਿਹੜਾ ਹੈਗਾ ਉਹ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਦਾ ਧੂਹੂ ਹੈ ਤੁਸੀਂ ਯਾਦ ਕਰੋ ਇੱਕ ਵਾਰੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬਹਿਸ ਹੋਈ ਸੀ ਪੰਜਾਬ ਦੇ ਮਸਲੇ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਉਸ ਬਹਿਸ ਨੂੰ ਉਸ ਵੇਲੇ ਪੰਜਾਬ ਦੀ ਵਿਧਾਨ ਸਭਾ ਦੀ ਪਹਿਲੀ ਵਾਰੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹਦਾ ਟੈਲੀਕਾਸਟ ਕੀਤਾ ਸੀ ਉਹ ਅਧਿਕਾਰ ਦੂਰਦਰਸ਼ਨ ਦੀ ਬਜਾਏ ਰੇਡੀਓ ਨੂੰ ਪੰਜਾਬ ਟੂਡੇ ਨੂੰ ਦਿੱਤਾ ਗਿਆ ਸੀ ਟੀਵੀ ਚੈਨਲ ਨੂੰ ਤੇ ਉਸ ਵੇਲੇ ਦੇਖਿਆ ਆਪਾਂ ਵੀ ਕਿਸ ਤਰ੍ਹਾਂ ਬਾਦਲ ਸਾਹਿਬ ਦੀ ਹਾਲਤ ਬੜੀ ਪਤਲੀ ਪੈ ਗਈ ਸੀਗੀ ਤੇ ਜਦੋਂ ਲਗਾਤਾਰ ਉਹ ਗੱਲ ਕਰਦਾ ਰਿਹਾ ਤੇ ਅਕਾਲੀ ਦਲ ਵਾਲੇ ਉਹਦਾ ਵਿਰੋਧ ਕਰਦੇ ਰਹੇ ਫਿਰ ਉਹ ਟਾਈਮ ਆਇਆ ਸੀ ਜਦੋਂ 2007 ਦੀ ਚੋਣ ਤੋਂ ਪਹਿਲਾਂ ਮਾਘੀ ਦੇ ਬਹੁਤ ਵੱਡੀ ਕਾਨਫਰੰਸ ਸੀ ਅਕਾਲੀ ਦਲ ਦੀ ਮੈਂ ਦੇਖਿਆ ਮੈਂ ਵੀ ਗਿਆ ਸੀ ਕਵਰ ਕਰਨ ਵਾਸਤੇ ਆਪਦੇ ਅਖਬਾਰ ਲਈ ਉਸ ਕਾਨਫਰੰਸ ਨੂੰ ਕਵਰ ਕਰਨ ਵਾਸਤੇ ਪੰਜਾਬ ਟੂਡੇ ਟੀਵੀ ਦਾ ਮਾਲਕ ਮਿਸਟਰ ਜੈਨ ਹੁੰਦਾ ਸੀ ਉਹ ਖੁਦ ਆਇਆ ਸੀ ਉਸ ਜੈਨ ਨੇ ਇੱਕਦਮ ਯੂ ਟਰਨ ਲੈਂਦਿਆਂ ਕੈਪਟਨ ਦਾ ਪੱਲਾ ਛੱਡ ਕੇ ਸੁਖਬੀਰ ਬਾਦਲ ਦਾ ਪੱਲਾ ਫੜ ਲਿਆ ਸੀ ਤੇ ਇਹਨਾਂ ਦਾ ਗੁਣਗਾਨ ਕਰਨ ਲੱਗ ਗਿਆ ਸੀ ਬਾਅਦ ਦੇ ਵਿੱਚ ਫਿਰ ਬਾਦਲ ਪਰਿਵਾਰ ਨੇ ਕੀ ਕੀਤਾ ਵੀ ਉਸ ਪੰਜਾਬ ਦੀ ਹਾਲਤ ਇੰਨੀ ਖਸਤਾ ਕਰਤੀ ਇੰਨੀ ਤੰਗ ਕਰਤੀ ਕਾਫੀ ਇਹਨਾਂ ਤੰਗ ਕਰਤਾ ਗਲ ਘੁੱਟਤਾ ਕਿ ਉਹ ਪੰਜਾਬ ਟੂਡੇ ਨਾਂ ਦਾ ਜਿਹੜਾ ਚੈਨਲ ਸੀ ਪੰਜਾਬ ਦੇ ਵਿੱਚੋਂ ਬੰਦ ਹੋ ਗਿਆ ਫਿਰ ਇਹਨੇ ਆਪਦਾ ਚੈਨਲ ਸ਼ੁਰੂ ਕੀਤਾ ਪੀਟੀਸੀ ਤੇ ਉਸ ਵੇਲੇ ਪੀਟੀਸੀ ਨੂੰ ਲੋਕ ਇਹ ਕਹਿੰਦੇ ਹੁੰਦੇ ਸੀ ਪ੍ਰਕਾਸ਼ ਟੀਵੀ ਕਾਰਪੋਰੇਸ਼ਨ ਇਹ ਕਹਿੰਦੇ ਹੁੰਦੇ ਸੀ ਪੀਟੀਸੀ ਔਰ ਉਹ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਲੈ ਕੇ ਉਸ ਪੀਟੀਸੀ ਦੇ ਉੱਤੇ ਕੱਖ ਵੀ ਨੀ ਦਿਖਾਇਆ ਜਾਂਦਾ ਸੀ ਬਸ ਇੱਕੋ ਹੀ ਚੀਜ਼ ਦਿਖਾਈ ਜਾਂਦੀ ਸੀ ਬਾਦਲ ਤੁਸੀਂ ਦੇਖੋ ਨਾ ਬੜੇ ਮਜ਼ਾਕ ਦੇ ਨਾਲ ਕਹਿੰਦਾ ਹੁੰਦਾ ਸੀਗਾ ਭਗਵੰਤ ਮਾਨ ਬਾਦਲ ਬਾਦਲ ਛੋਟਾ ਬਾਦਲ ਵੱਡਾ ਬਾਦਲ ਬੀਬੀ ਬਾਦਲ ਮੀਡੀਆ ਬਾਦਲ 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 ਇਹ ਹੁੰਦੀ ਸੀ ਕਿਸੇ ਦੀ ਗੱਲ ਨੀ ਸਾਰਾ ਕੁਛ ਆਪਦੇ ਮੁਤਾਬਕ ਕੀਤਾ ਸੀ ਤੇ ਉਸ ਵੇਲੇ ਆਪੋਜੀਸ਼ਨ ਦੇ ਜਿਹੜੇ ਲੀਡਰ ਹੁੰਦੇ ਸੀ ਛੋਟੀਆਂ ਮੋਟੀਆਂ ਪਾਰਟੀਆਂ ਮੇਨ ਆਪੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਇਹਨੂੰ ਨਜ਼ਰ ਅੰਦਾਜ਼ ਕਰ ਦਿੰਦੇ ਸੀ ਕਈ ਵਾਰੀ ਆਪਾਂ ਦੇਖਿਆ ਵੀ ਫਿਰ ਉਹ ਚੈਨਲ ਮੁਕਬਰੀ ਵੀ ਕਰਨ ਲੱਗ ਗਿਆ ਸੀ ਪੋਲੀਟੀਕਲ ਬੰਦਾ ਤੂੰ ਕੀ ਬੋਲਦਾ ਉਹਦੀ ਗੱਲ ਰਿਕਾਰਡ ਕਰ ਲੈਣੀ ਹਾਕਮਾਂ ਤੱਕ ਪਹੁੰਚਾ ਦੇਣੀ ਲੇਕਿਨ ਉਹ ਆਉਣੇ ਏਅਰ ਨਹੀਂ ਕਰਦੇ ਸੀ ਉਹ ਟੀਵੀ ਤੇ ਨੀ ਦਿਖਾਉਂਦੇ ਵੀ ਉਹਦਾ ਕਿਸੇ ਪ੍ਰਚਾਰ ਪ੍ਰਸਾਰ ਨਾ ਹੋਵੇ ਤੇ ਮੈਂ ਕਈ ਵਾਰੀ ਦੇਖਿਆ ਕੈਪਟਨ ਅਮਰਿੰਦਰ ਆਮ ਹੀ ਕਹਿ ਦਿੰਦਾ ਹੁੰਦਾ ਸੀ ਪੀਟੀਸੀ ਵਾਲਿਆਂ ਨੂੰ ਉਹ ਭਾਈ ਤੁਸੀਂ ਦਿਖਾਉਣਾ ਤਾਂ ਹੈ ਨੀ ਰਾਤ ਨੂੰ ਕਿਉਂ ਐਵੇਂ ਇੱਥੇ ਤੁਸੀਂ ਤੁਰੇ ਫਿਰਦੇ ਹੋ ਜੇ ਤੁਹਾਨੂੰ ਕੋਈ ਪੁੱਛ ਲੇ ਤਾਂ ਕਹਿੰਦੇ ਜੀ ਰਾਤ ਨੂੰ 12 ਵਜੇ ਦਿਖਾਇਆ ਸੀ ਤੇ ਲੋਕ ਸੁੱਤੇ ਪਏ ਹੁੰਦੇ ਹੈ ਮੈਨੂੰ ਤੁਸੀਂ ਕਿਉਂ ਲੈ ਕੇ ਆਉਂਦੇ ਹੋ ਤੇ ਫਿਰ ਇੱਕ ਨਵਾਂ ਹੋਰ ਤਜਰਬਾ ਸ਼ੁਰੂ ਹੋਇਆ ਸੀ ਪੰਜਾਬ ਦੇ ਵਿੱਚ ਬੜਾ ਦਮਦਾਰ ਉਹ ਸੀ ਨਾਈਟ ਟੀਵੀ ਉਹ ਕਮਰ ਸੰਧੂ ਬੜੇ ਨਾਮਵਰ ਪੱਤਰਕਾਰ ਹੈ ਕਮਰ ਸੰਧੂ ਦਾ ਨਾਂ ਛੋਟਾ ਨੀ
ਪੰਜਾਬ ਦੇ ਅੱਜ ਦੇ ਪੰਜਾਬ ਦੀ ਪੱਤਰਕਾਰਤਾ ਦੇ ਵਿੱਚ ਅੰਗਰੇਜ਼ੀ ਪੱਤਰਕਾਰਤਾ ਚ ਪੰਜਾਬੀ ਪੱਤਰਕਾਰਤਾ ਚ ਬਹੁਤ ਵੱਡਾ ਹੈ ਜੇ ਕੰਵਰ ਸੰਧੂ ਸਾਹਿਬ ਕਿਉਂਕਿ ਉਹ ਆਪਦੀ ਜ਼ਮੀਰ ਨਾਲ ਸਮਝੌਤਾ ਕਰਨ ਵਾਲਾ ਬੰਦਾ ਨਹੀਂ ਸੀ ਝੁਕਣ ਵਾਲਾ ਬੰਦਾ ਨਹੀਂ ਸੀ ਮੈਂ ਇਹਨੂੰ ਦੇਖਿਆ ਕੰਵਰ ਸੰਧੂ ਸਾਹਿਬ ਨੂੰ ਕਿ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਸੀ ਕਾਲੇ ਦੌਰ ਦੇ ਵਿੱਚ ਉਸ ਬੰਦੇ ਨੇ ਪਿੰਡਾਂ ਦੀਆਂ ਗਲੀਆਂ ਛਾਣੀਆਂ ਸੀ ਉਸ ਬੰਦੇ ਨੇ ਆਪਰੇਸ਼ਨ ਬਲੂ ਸਟਾਰ ਤੱਕ ਦੇਖਿਆ ਸੀ ਉਸ ਬੰਦੇ ਨੇ ਆਪਰੇਸ਼ਨ ਬਲੂ ਸਟਾਰ ਕਵਰ ਵੀ ਕੀਤਾ ਪੰਜਾਬ ਦੇ ਮਾੜੇ ਹਾਲਾਤਾਂ ਨੂੰ ਕਵਰ ਵੀ ਕੀਤਾ ਇੱਥੋਂ ਤੱਕ ਕਿ ਜੰਮੂ ਕਸ਼ਮੀਰ ਪਾਕਿਸਤਾਨੀ ਕਸ਼ਮੀਰ ਦੇ ਅੰਦਰ ਜਾ ਕੇ ਵੀ ਉਹਨੇ ਉੱਥੋਂ ਦੀਆਂ ਸਟੋਰੀਆਂ ਕੱਢੀਆਂ ਸੀ ਇਹੋ ਜਿਹਾ ਬੰਦਾ ਆਪਦੀ ਜ਼ਮੀਰ ਨਾਲ ਸਮਝੌਤਾ ਨਹੀਂ ਕਰ ਸਕਦਾ ਇਹਨਾਂ ਨੇ ਉਹ ਆਪਦੇ ਮੁਤਾਬਕ ਤੋਰਨਾ ਚਾਹਿਆ ਬਾਦਲਾਂ ਨੇ ਲੇਕਿਨ ਜਦੋਂ ਨਹੀਂ ਸੀ ਤੁਰਿਆ ਤਾਂ ਫੇਰ ਕਿਉਂਕਿ ਕੇਬਲ ਦੇ ਉੱਤੇ ਕੰਟਰੋਲ ਇਹਨਾਂ ਦਾ ਸੀ ਤੇ ਡੇ ਐਂਡ ਨਾਈਟ ਨੂੰ ਕੇਬਲ ਤੇ ਦਿਖਾਉਣਾ ਬੰਦ ਕਰਤਾ ਸੀ ਜਦੋਂ ਕੇਬਲ ਤੇ ਕੋਈ ਆਊਗਾ ਹੀ ਨਾ ਜਿਹਦਾ ਵੱਡਾ ਸਾਧਨ ਸੀ ਚੈਨਲ ਤੇ ਉਹਨੂੰ ਇਸ਼ਤਿਹਾਰਬਾਜ਼ੀ ਕਿੱਥੋਂ ਮਿਲਣੀ ਸੀ ਉਹਦਾ ਗਲਾ ਘੁੱਟਿਆ ਗਿਆ ਮਜਬੂਰੀ ਬਸ ਉਹਨੂੰ ਬੰਦ ਕਰਨਾ ਪੈ ਗਿਆ ਤੇ ਉਹਦੇ ਬੰਦ ਕਰਨ ਦੇ ਨਾਲ ਕਈ ਦਰਜਨਾਂ ਕੁੜੀਆਂ ਮੁੰਡੇ ਪੱਤਰਕਾਰ ਆ ਜਿਹੜੇ ਉਹ ਬੇਰੁਜ਼ਗਾਰ ਹੋ ਗਏ ਬੇਕਾਰ ਹੋ ਗਏ ਉਹਨਾਂ ਨੂੰ ਉਹਨਾਂ ਦੀ ਮੰਗਣ ਵਰਗੀ ਹਾਲਤ ਹੋ ਗਈ ਇਵੇਂ ਜਿਵੇਂ ABP ਸਾਂਝਾ ਇੱਕ ਹੋਰ ਨਵਾਂ ਆਇਆ ਸੀ ਚੈਨਲ ਉਹਨੂੰ ਰੈਗੂਲਰ ਕਰਨਾ ਚਾਹੁੰਦੇ ਸੀ ਕਿ ਪੂਰਾ ਇਹਨੂੰ ਅਸੀਂ ਰੈਗੂਲਰ ਕਰ ਦਈਏ ਇਹਨਾਂ ਨੇ ਉਹਦਾ ਗਲ ਘੁੱਟਤਾ ਸੀ ਉਹਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਖਤਮ ਕਰਤਾ ਸੀ ਅੱਜ ਉਹਨਾਂ ਨੂੰ ਬੈਂਕ ਤੇ ਚਲਾਉਣਾ ਪੈ ਰਿਹਾ ਹੁਣ ਕਿਉਂਕਿ ਜਿਹੜਾ GTV ਹੈ ਇਹ GTV ਚੈਨਲ ਜਿਹੜਾ ਹੈਗਾ ਮੁੱਖ ਤੌਰ ਤੇ ਤੁਸੀਂ ਇਹਨੂੰ ਦੇਖੀਏ ਤਾਂ ਇਹ ਕਾਂਗਰਸ ਪੱਖੀ ਨਹੀਂ ਹੈ ਇਹ ਅਸਲ ਦੇ ਵਿੱਚ ਹੈਗਾ ਪ੍ਰੋ BJP ਹੈ ਇਹਦਾ ਜਿਹੜਾ ਮਾਲਕ ਹੈ ਮੇਰੇ ਖਿਆਲ ਮਿਸਟਰ ਸੁਭਾਸ਼ ਕੀ ਉਹਨਾਂ ਦਾ ਨਾਂ ਹੈ ਇਹਦਾ ਮਾਲਕ ਜਿਹੜਾ ਹੈਗਾ ਹਾਂਜੀ ਇਹਦਾ ਮਾਲਕ ਜਿਹੜਾ ਹੈਗਾ ਉਹ ਰਾਜ ਸਭਾ ਚ ਪਹੁੰਚਿਆ ਹੋਇਆ ਹਰਿਆਣੇ ਚੋਂ ਔਰ ਹਰਿਆਣੇ ਚ ਭਾਵੇਂ ਨੇ ਇੰਡੀਪੈਂਡੈਂਟ ਚੋਣ ਲੜੀ ਸੀ ਲੇਕਿਨ ਜ਼ਾਹਰਾ ਤੌਰ ਦੇ ਉੱਤੇ ਉਹਨੂੰ ਭਾਰਤੀ ਜਨਤਾ ਪਾਰਟੀ ਦੀ ਪੂਰੀ ਹਮਾਇਤ ਸੀ ਉਹਦੇ ਹੱਕ ਵਿੱਚ ਚੱਲਦਾ ਸੀ ਉਹਦੀ ਉਹਦੀ ਸਾਰੀ ਉਹ ਵਕਾਲਤ ਕਰਦਾ ਸੀ ਉਹਦਾ ਚੈਨਲ ਹੈ ਉਹਦਾ ਇਹਨਾਂ ਨੇ ਜਦੋਂ ਇਹਨਾਂ ਦੀ ਹਕੂਮਤ ਹੁੰਦੀ ਸੀ ਉਸ ਚੈਨਲ ਨੂੰ ਇਹਨਾਂ ਨੇ ਬੁਰੀ ਤਰ੍ਹਾਂ ਦਬਾ ਕੇ ਰੱਖਿਆ ਸੀ ਹੁਣ ਉਹ ਚੈਨਲ ਜਿਹੜਾ ਹੈਗਾ ਕਿਉਂਕਿ ਥੋੜਾ ਜਿਹਾ ਇਸ ਕਰਕੇ ਆਜ਼ਾਦ ਹੋ ਗਿਆ ਅਕਾਲੀਆਂ ਦੀ ਸਰਕਾਰ ਨਹੀਂ ਰਹੀ ਉਹਨਾਂ ਨੇ ਇੰਡੀਪੈਂਡੈਂਟ ਪਹੁੰਚ ਅਪਣਾਉਣੀ ਸ਼ੁਰੂ ਕਰਤੀ ਇਹ ਵੀ ਹੋ ਸਕਦਾ ਹੈ ਇਹ ਤਾਂ ਆਪਾਤਕਥਨੀ ਨਹੀਂ ਕੋਈ ਇਹਨੂੰ ਕਹਿ ਸਕਦੇ ਕਿ ਜਦੋਂ ਇੱਕ ਤਪਾਇਆ ਹੁੰਦਾ ਹੈ ਕੋਈ ਚੈਨਲ ਕੋਈ ਬੰਦਾ ਕੁਦਰਤੀ ਤੌਰ ਤੇ ਉਹਦਾ ਅਭਾਅ ਉਹਦਾ ਜਿਹੜਾ ਝੁਕਾਇਆ ਦੂਜੇ ਪਾਸੇ ਹੋ ਜਾਂਦਾ ਹੈ ਜੇ ਅਕਾਲੀਆਂ ਨੇ ਇਹਨਾਂ ਦਾ ਗਲਤ ਕੀਤਾ ਸੀ ਤਾਂ ਕੁਦਰਤੀ ਹੈ ਵੀ ਉਹ ਕਾਂਗਰਸ ਵਾਲੇ ਪਾਸੇ ਜਾ ਸਕਦੇ ਤੇ ਹੁਣ ਜਦੋਂ ਵੀ ਕਿਤੇ ਉਹਨਾਂ ਦੇ ਕੈਮਰਾ ਸਾਹਮਣੇ ਆਉਂਦਾ ਉਹ ਤੇ ਲੋਗੋ ਲੱਗਿਆ ਹੁੰਦਾ ਹੈ ਤਾਂ ਫਿਰ ਸੁਖਬੀਰ ਸਿੰਘ ਬਾਦਲ ਦੀ ਹਾਲਤ ਬਹੁਤ ਮਾੜੀ ਹੋ ਜਾਂਦੀ ਹੈ ਇਹ ਜਿਹੜੀ ਸਭ ਤੋਂ ਪਹਿਲੀ ਸ਼ੁਰੂਆਤ ਹੋਈ ਸੀ ਗਿੱਦੜਵਾਹਾ ਤੋਂ ਗਿੱਦੜਵਾਹਾ ਜਿੰਪੀ ਢਿੱਲੋਂ ਨਾਂ ਦਾ ਇੱਕ ਬੰਦਾ ਹੈ ਜਿਹਨੇ ਚੋਣ ਵੀ ਲੜੀ ਹੈ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਦੇ ਖਿਲਾਫ ਅਕਾਲੀ ਦਲ ਵੱਲੋਂ ਉਹ ਬੰਦਾ ਹਾਰ ਗਿਆ ਸੀ ਡਿੰਪੀ ਢਿੱਲੋਂ ਦੇ ਖਿਲਾਫ ਇੱਕ ਕੇਸ ਦਰਜ ਹੋ ਗਿਆ ਕਿਉਂਕਿ ਡਿੰਪੀ ਢਿੱਲੋਂ ਨੇ ਤੇ ਉਹਦੇ ਭਰਾ ਨੇ ਕੋਟ ਭਾਈ ਵਿੱਚ ਵੜ ਕੇ SHO ਦੇ ਕਮਰੇ ਦੇ ਵਿੱਚ ਦਾਖਲ ਹੋ ਕੇ ਬੁਰਾ ਭਲਾ ਵੀ ਕਿਹਾ ਤੇ ਹੜਦੁੰਗ ਵੀ ਮਚਾਇਆ ਉਹ ਸਾਰਾ ਕੁਛ ਸੋਸ਼ਲ ਮੀਡੀਆ ਤੇ ਆਇਆ ਹੈ ਚੈਨਲਾਂ ਤੇ ਵੀ ਆ ਗਿਆ ਸੀ ਔਰ ਉਹਦੀ ਬਦੌਲਤ ਦੇ ਖਿਲਾਫ਼ ਮੁਕੱਦਮਾ ਦਰਜ ਹੋ ਗਿਆ ਉਹਦੇ ਤੇ ਉਹਦੇ ਭਰਾ ਦੇ ਖਿਲਾਫ਼ ਉਹ ਬੰਦੇ ਅੰਡਰਗਰਾਊਂਡ ਹੋ ਗਏ ਉਹਨਾਂ ਨਾਲ ਹਾਦਾ ਨਾਰਾ ਮਾਰਨ ਵਾਸਤੇ ਸੁਖਬੀਰ ਸਿੰਘ ਬਾਦਲ ਆਉਂਦਾ ਹੈ ਉਹਨਾਂ ਦੇ ਪਿੰਡ ਉਹਨਾਂ ਦੇ ਘਰ ਆਉਂਦਾ ਹੈ ਔਰ ਘਰ ਆ ਕੇ ਸੁਖਬੀਰ ਸਿੰਘ ਬਾਦਲ ਫੇਰ ਇੱਕ ਪ੍ਰੈਸ ਕਾਨਫਰੰਸ ਨੂੰ ਐਡਰੈਸ ਕਰਦਾ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ GTV ਦਾ ਕੈਮਰਾਮੈਨ ਆਇਆ ਉਹਨੂੰ ਕਹਿੰਦਾ ਚਲਾ ਜਾ ਓਏ ਉਹਨੂੰ ਭਜਾਤਾ ਤੇ ਪਰਸੋਂ ਫੇਰ ਇਹਨੇ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ ਉੱਥੇ ਫੇਰ ਉਹਨਾਂ ਦਾ ਕੈਮਰਾਮੈਨ ਆਇਆ ਉਹਨੂੰ ਦੇਖ ਕੇ ਕਹਿੰਦਾ ਵੀ ਤੁਹਾਡੀ ਲੋੜ ਨਹੀਂ ਤੁਸੀਂ ਪੰਥ ਵਿਰੋਧੀ ਨੂੰ ਆਹ ਇੱਕ ਨਵਾਂ ਸਿੱਕਾ ਕੱਢ ਲਿਆ ਆਪ ਹੀ ਪੰਥ ਆਪ ਹੀ ਗ੍ਰੰਥ ਸਭ ਕੁਛ ਹੀ ਆਪ ਹੈ ਕਹਿੰਦੇ ਸਾਨੂੰ ਪੰਥ ਤੋਂ ਪਿਓ ਪੁੱਤਾਂ ਨੂੰ ਬਾਕੀ ਪੰਥ ਤਾਂ ਖੂਹ ਖਾਤੇ ਚ ਗਿਆ ਉਹ ਤਾਂ ਕਹਿੰਦੇ ਅਸੀਂ ਸਿੱਟਿਆਂ ਦਾ ਸਮੁੰਦਰ ਤੇ ਸਾਡਾ ਪੰਥ ਹੈ ਕਹਿੰਦੇ ਜਿਹੜਾ ਸਾਡੇ ਖਿਲਾਫ਼ ਬੋਲਦਾ ਹੈ ਉਹਨੂੰ ਇਹ ਮੰਨ ਲਓ ਕਿ ਉਹ ਪੰਥ ਵਿਰੋਧੀ ਹੈ ਤੇ ਕਹਿੰਦੇ ਤੁਸੀਂ ਚਲੇ ਜਾਓ ਫਿਰ ਉਹ ਚੱਕ ਕੇ ਚਲਾ ਗਿਆ ਔਰ ਉਹ ਤੋਂ ਬਾਅਦ ਇੱਕ ਬਕਾਇਦਾ ਜਿਹੜਾ ਦਲਜੀਤ ਸਿੰਘ ਚੀਮਾ ਅਕਾਲੀ ਦਲ ਦਾ ਸਪੋਕਸ ਪਰਸਨ ਉਹਨੂੰ ਕਹਿਤਾ ਜੀ ਹੁਕਮ ਕਰ ਦਿਓ ਉਹਨਾਂ ਨੂੰ ਕਿ ਅੱਗੇ ਤੋਂ ਸਾਡੇ ਪ੍ਰੋਗਰਾਮਾਂ ਸਾਡੀਆਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਨਾ ਆਉਣ ਇਹ ਹੁਣ ਆਪੋਜੀਸ਼ਨ ਦੇ ਵਿੱਚ ਬੈਠ ਕੇ ਇੰਨੀ ਭੈੜੀ ਹਾਲਤ ਦੇ ਵਿੱਚ ਜਦੋਂ ਗੁਜ਼ਰ ਰਹੇ ਹੈ ਉਹਨਾਂ ਦਿਨਾਂ ਦੇ ਵਿੱਚ ਇਹ ਹਾਲਤ ਇਹ ਹੈ ਤੇ ਮੈਨੂੰ ਬੜੀ ਹਾਸੀ ਆਉਂਦੀ ਹੈ ਕਿ ਅੱਜ ਜਿਹਨਾਂ ਲੋਕਾਂ ਨੇ ਖੁਦ ਲੋਕਤੰਤਰ ਦਾ ਘਾਣ ਕੀਤਾ ਜਿਹਨਾਂ ਨੇ ਖੁਦ ਡੈਮੋਕ੍ਰੇਸੀ ਨੂੰ ਕੁਚਲਿਆ ਜਿਹਨਾਂ ਨੇ ਖੁਦ ਮੀਡੀਆ ਦੀ ਆਵਾਜ਼ ਨੂੰ ਦਬਾ ਕੇ ਰੱਖਿਆ ਹੈ ਜਾਂ ਮੀਡੀਆ ਨੂੰ ਗੁਲਾਮ ਬਣਾ ਕੇ ਰੱਖਿਆ ਹੈ ਤੇ ਜੇ ਅੱਜ ਮੀਡੀਆ ਥੋੜਾ ਬਹੁਤ ਆਪਣੀ ਆਜ਼ਾਦ ਭੂਮਿਕਾ ਅਦਾ ਕਰਦਾ ਤਾਂ ਕਹਿੰਦੇ ਵੀ ਸਾਡੀਆਂ ਕਾਨਫਰੰਸਾਂ ਚ ਨਾ ਆਓ ਬਿਲਕੁਲ ਸੁਖ ਲੈ ਜੀ ਮੇਰਾ ਕਹਿਣਾ ਵੀ ਇਹ ਸਿਰਸਾ ਜਾਰੀ ਆਪਦੀ ਥਾਂ ਦੇ ਉੱਤੇ ਪਰ ਫਿਰ ਮੈਂ ਇਹੀ ਗੱਲ ਕਹਿਣਾ ਕਿ ਭਾਰਤ ਦੇ ਲੋਕਾਂ ਦਾ ਕਰੈਕਟਰ ਪੰਜਾਬ ਦੇ ਲੋਕਾਂ ਦਾ ਕਰੈਕਟਰ ਇੱਥੋਂ ਦਾ ਮੀਡੀਆ ਦੀ ਮਜ਼ਬੂਤੀ ਐਡੀ ਕਮਜ਼ੋਰ ਵੀ ਹੈ ਨੀ ਕਿ ਜੋ ਮਰਜ਼ੀ ਹੈ ਕਰ ਲੈਣ ਜੇ ਗੌਰੀ ਲੰਕੇਸ਼ ਵਰਗਿਆਂ ਨੂੰ ਕਤਲ ਕਰਕੇ ਆਵਾਜ਼ ਦਬਾਈ ਨਹੀਂ ਜਾ ਸਕੀ ਬੜੇ ਤੁਸੀਂ ਦੇਖਿਆ ਹੋਣਾ ਅਕਾਲੀਆਂ ਦੇ ਰਾਜ ਦੇ ਵਿੱਚ ਵੀ ਬੜਾ ਕੁਛ ਹੋਇਆ
ਜਲੰਧਰ ਤੋਂ ਜਸਦੀਪ ਸਿੰਘ ਮਲਹੋਤਰਾ ਹੁੰਦਾ ਸੀ, ਇੱਕ ਪੱਤਰਕਾਰ ਹਿੰਦੁਸਤਾਨ ਟਾਈਮਸ ਦਾ, ਉਸ ਬੰਦੇ ਨੇ ਸੈਂਡ ਮਾਫੀਆ ਦਾ ਮਾਮਲਾ ਉਜਾਗਰ ਕੀਤਾ ਸੀ, ਉਹ ਪਠਾਨਕੋਟ ਦੇ ਏਰੀਏ ਚ ਜਾ ਕੇ ਇੱਕ ਸਟੋਰੀ ਲੱਗ ਗਈ, ਦੂਜੀ ਸਟੋਰੀ ਲੱਗ ਗਈ, ਤੀਜੀ ਸਟੋਰੀ ਉਹਦੀ ਜਿਹੜੀ ਹੈਗੀ ਹੈ ਉਹਦੇ ਵਿੱਚ ਵਾਸਤੇ ਉਹ ਕੰਮ ਕਰਨ ਚੱਲਿਆ ਸੀ, ਤੇ ਉਹਨੂੰ ਪਤਾ ਲੱਗਿਆ ਇੱਕ ਜਦੋਂ ਐਕਸੀਡੈਂਟ ਹੋ ਜਾਂਦਾ ਉਹ ਬੰਦਾ ਚਿੱਟਾ ਭਲਾ ਬੰਦਾ ਇੱਕ ਲਾਸ਼ ਤਬਦੀਲ ਹੋ ਜਾਂਦਾ, ਪਰ ਠੀਕ ਆ ਉਹ ਸਾਡਾ ਸਾਥੀ ਚਲਾ ਗਿਆ, ਤੇ ਜੇ ਇਹ ਕਹਿ ਦਈਏ ਕਿ ਫਿਰ ਸੈਂਡ ਮਾਫੀਆ ਬੇਨਕਾਬ ਨਹੀਂ ਹੋਇਆ, ਉਹ ਸਾਰਾ ਕੁਝ ਉਹ ਤਾਂ ਲਗਾਤਾਰ ਹੁੰਦਾ ਰਿਹਾ, ਤੇ ਉਹਦਾ ਨਤੀਜਾ ਇਹ ਹੈ ਕਿ ਅੱਜ ਜਿਹੜਾ 1920 ਵਾਲਾ ਅਕਾਲੀ ਦਲ ਦੇ ਕੋਈ ਵਿਰੋਧੀ ਕਿਰਦਾਰ ਰੁਸਵਾ ਵੀ ਹੈ ਨੀ, ਮੀਡੀਆ ਦੇ ਵਿੱਚ ਇੰਨੀ ਕੁ ਜਾਨ ਹੈਗੀ ਹੈ, ਇੰਨਾ ਕੁ ਨਾਮ ਹੈਗਾ, ਮੈਂ ਮੀਡੀਆ ਨਾਲ ਜੁੜਿਆ ਹੋਣ ਦੇ ਬਾਵਜੂਦ ਆਪਾਂ ਨੇ ਵੀ ਬਥੇਰੀਆਂ ਹਨੇਰੀਆਂ ਬੜੇ ਪੁੱਠੇ ਸਿੱਧੇ ਦਿਨ ਆਉਂਦੇ ਰਹੇ ਹੈ, ਪਰ ਕਦੇ ਆਪਣੇ ਹੈਗਾ ਅਸੂਲਾਂ ਨਾਲ ਸਮਝੌਤਾ ਨੀ ਨਾ ਕੀਤਾ ਤੇ ਨਾ ਕਰੀਏ, ਇੰਨਾ ਕੁ ਮੀਡੀਆ ਤੇ ਮਾਨ ਹੈ, ਮੀਡੀਆ ਬਹੁਤ ਮਜ਼ਬੂਤ ਹੈ, ਦਬਾਉਣ ਦੇ ਬਾਵਜੂਦ ਖਤਮ ਕਰਨ ਦੇ ਬਾਵਜੂਦ ਕਤਲਾਂ ਦੇ ਬਾਵਜੂਦ ਵੀ ਭਾਰਤ ਦੇ ਲੋਕਤੰਤਰ ਦੇ ਇਸ ਚੌਥੇ ਪਾਵੇ ਨੂੰ ਜੇ ਆਪਾਂ ਕਹਿ ਦਈਏ ਵੀ ਬਿਲਕੁਲ ਨਕਾਰਾ ਕਰ ਦਿੱਤਾ ਜਾਊਗਾ, ਨਕਾਰਾ ਨਹੀਂ ਹੋ ਸਕਦਾ ਜੀ। ਢਿੱਲੋਂ ਸਾਹਿਬ ਮੈਂ ਇੱਕ ਨਾਲ ਹੋਰ ਵੀ ਗੱਲ ਕਰਦਾ ਕਿ ਪਾਵਾ ਚੌਥਾ ਹੈਗਾ, ਤਿੰਨ ਪਾਵੇ ਹੋਰ ਵੀ ਨੇ, ਤੇ ਸਾਨੂੰ ਕਦੇ ਕਦੇ ਆਪਦੀ ਮੰਜੀ ਦੇ ਥੱਲੇ ਸੋਟੀ ਮਾਰਨ ਦੀ ਵੀ ਲੋੜ ਹੈ। ਮੀਡੀਆ ਦੇ ਨਾਂ ਦੇ ਉੱਤੇ ਬਲੈਕਮੇਲਿੰਗ ਵੀ ਹੋ ਰਹੀ ਹੈ, ਅਖਬਾਰ ਵੀ ਕਰ ਰਹੇ ਨੇ, ਮੀਡੀਆ ਹਾਊਸ ਜਿਹੜੇ ਟੀਵੀ ਚੈਨਲ ਉੱਥੇ ਵੀ ਸਾਰਾ ਕੁਝ ਹੋ ਰਿਹਾ। ਮੈਨੂੰ ਇਹ ਲੱਗਦਾ ਕਿ ਆਪਾਂ ਚਲੋ ਇੰਟਰਨੈਸ਼ਨਲ ਮੀਡੀਆ ਦੇ ਨਾਲ ਵੀ ਜੁੜੇ ਹੋਏ ਹਾਂ, ਇੱਥੇ ਥੋੜਾ ਜਿਹਾ ਕੰਮ ਵਧੀਆ ਹੋ ਰਿਹਾ, ਸਾਰਾ ਤਾਂ ਵਧੀਆ ਇੱਥੇ ਵੀ ਨਹੀਂ ਹੋ ਰਿਹਾ, ਪਰ ਥੋੜਾ ਜਿਹਾ ਵਧੀਆ ਹੋ ਰਿਹਾ ਸ਼ਾਇਦ। ਜੋ ਕੁਝ ਹੋ ਰਿਹਾ ਇਹਦੇ ਵਾਸਤੇ ਪੱਤਰਕਾਰਾਂ ਨੂੰ ਬਹੁਤ ਵੱਡੇ ਜਿਹੜੇ ਜਿਗਰੇ ਦੀ ਲੋੜ ਹੈ ਕਿ ਅਸੀਂ ਸੱਚ ਦੇ ਨਾਲ ਪਹਿਰਾ ਦਈਏ। ਉਹ ਵੱਖਰੀ ਗੱਲ ਹੈ ਕਿ ਜਿਹੜੇ ਮੀਡੀਆ ਹਾਊਸਿਸ ਦੇ ਮਾਲਕ ਹੁੰਦੇ ਆ ਉਹਨਾਂ ਦੇ ਸਵਾਰਥ ਉਹਨਾਂ ਦੇ ਹਿੱਤ ਹੋਰ ਹੁੰਦੇ ਆ, ਪਰ ਗੱਲ ਤਾਂ ਜੇ ਕਿਤੇ ਪੁੱਠੀ ਸਿੱਧੀ ਹੋ ਜਾਂਦੀ ਹੈ ਜੇ ਕਿਸੇ ਨੂੰ ਚੋਭਦੀ ਹੈ ਤਾਂ ਸਭ ਤੋਂ ਪਹਿਲਾਂ ਨਿਸ਼ਾਨਾ ਪੱਤਰਕਾਰ ਹੀ ਬਣਦਾ। ਇਸ ਕਰਕੇ ਪੱਤਰਕਾਰ ਨੂੰ ਚਾਹੀਦਾ ਕਿ ਉਹ ਵੀ ਨਿਰਪੱਖ ਜੀ ਗੱਲ ਕਰੇ। ਬਿਲਕੁਲ ਜੋ ਤੁਸੀਂ ਗੱਲ ਕਹੀ ਹੈ ਠੀਕ ਹੈ, ਕਾਲੀਆਂ ਭੇਡਾਂ ਸਾਡੇ ਚ ਵੀ ਬਹੁਤ ਹੈ, ਸਾਡੇ ਵਿੱਚ ਬਲੈਕਮੇਲਰ ਕੀ ਸਾਡੇ ਵਿੱਚ ਜਿੰਨੇ ਵੀ ਮਾੜੇ ਕਹਿ ਸਕਦੇ ਬੰਦੇ ਉਹ ਵੀ ਹੈ, ਲੇਕਿਨ ਮੀਡੀਆ ਇਹਦੇ ਬਾਵਜੂਦ ਵੀ ਮੀਡੀਆ ਬੜਾ ਸੁਚੇਤ ਹੈ, ਮੀਡੀਆ ਦਾ ਯਤਨ ਹੈ ਜਿਹੜਾ ਜ਼ਿੰਮੇਵਾਰ ਮੀਡੀਆ ਕਿ ਅਜਿਹੇ ਲੋਕਾਂ ਤੋਂ ਛੁਟਕਾਰਾ ਹਾਸਲ ਕੀਤਾ ਜਾਵੇ, ਉਹਨਾਂ ਦਾ ਸ਼ਿਕਾਰ ਨਾ ਹੋਇਆ ਜਾਵੇ, ਇਹ ਉਹ ਕੰਮ ਕਰ ਰਿਹਾ। ਤੁਸੀਂ ਮਾਲਕਾਂ ਦੀ ਗੱਲ ਕੀਤੀ ਹੈ, ਚੈਨਲਾਂ ਦੇ ਮਾਲਕ ਹੋ ਗਏ, ਅਖਬਾਰਾਂ ਦੇ ਮਾਲਕ ਹੋ ਗਏ, ਉਹ ਮੀਡੀਆ ਨੂੰ ਆਪਣੀ ਮਰਜ਼ੀ ਮੁਤਾਬਕ ਚਲਾਉਂਦਾ। ਜੇ ਅੱਜ ਆਪਾਂ ਦੇਖੀਏ ਭਾਰਤ ਦੇ ਸੰਦਰਭ ਵਿੱਚ, ਭਾਰਤ ਦੇ ਸੰਦਰਭ ਵਿੱਚ ਤੁਸੀਂ ਦੇਖੋਗੇ ਜਿੰਨੇ ਵੱਡੇ ਚੈਨਲ ਆ ਸਿਰਫ ਇੱਕ ਨੂੰ ਛੱਡ ਕੇ, ਕੱਲਾ NDTV ਹੈ ਜਿਹੜਾ ਆਪਦੀ ਜ਼ਿੰਮੇਵਾਰੀ ਨਿਭਾ ਰਿਹਾ, ਬਾਕੀਆਂ ਦੇ ਮਾਲਕਾਂ ਨੇ ਧੂਤੂ ਬਣਾ ਛੱਡਿਆ ਪੱਤਰਕਾਰਾਂ ਨੂੰ। ਪਰ ਇਹਦੇ ਬਾਵਜੂਦ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਕਿ ਜਿੱਥੇ ਰਿਪੋਰਟਰ ਦੇ ਵਿੱਚ ਦਮ ਹੈ, ਜਿਹੜਾ ਰਿਪੋਰਟਰ ਆਪਦੇ ਕਾਰੋਬਾਰ ਨੂੰ ਕਮਿਟਡ ਹੈ, ਉਹ ਆਪਣੀ ਵਿਅਕਤੀਗਤ ਭੂਮਿਕਾ ਇੰਨੀ ਨਿਭਾ ਜਾਂਦਾ ਹੈ ਕਿ ਮਾਲਕ ਭਾਵੇਂ ਸਰਕਾਰਾਂ ਦੇ ਹੱਕ ਦੇ ਵਿੱਚ ਹੋਣ, ਸਿਸਟਮ ਦੇ ਹੱਕ ਦੇ ਵਿੱਚ ਹੋਣ, ਉਹ ਕਿਤੇ ਨਾ ਕਿਤੇ ਆਪਦੀ ਨਿਊਜ਼ ਦੇ ਵਿੱਚ ਕੋਈ ਇਹੋ ਜਿਹੀ ਆਪਦੀ ਕਰਾਮਾਤ ਪਾ ਜਾਂਦਾ, ਇਹੋ ਜਿਹੀ ਆਪਦੀ ਕਲਾਕਾਰੀ ਕਰ ਜਾਂਦਾ ਹੈ ਕਿ ਜਿਹੜਾ ਮੈਸੇਜ ਮਾਲਕ ਦੇਣਾ ਚਾਹੁੰਦੇ ਆ ਮੈਸੇਜ ਦੇ ਉਲਟ ਵੀ ਚਲਾ ਜਾਂਦਾ ਹੈ। ਅਸੀਂ ਸੁਚੇਤ ਹੈ ਇਸ ਗੱਲ ਦੇ ਤੋਂ, ਮੈਂ ਮਹਿਸੂਸ ਕਰਨਾ ਤੁਹਾਡੀ ਜਿਹੜੀ ਜਿਹੜਾ ਤੁਹਾਡਾ ਦਰਦ ਹੈ ਜਿਹੜਾ ਤੁਸੀਂ ਆ ਪਿੰਨ ਪੁਆਇੰਟ ਕੀਤਾ ਹੈ, ਇਹ ਦਰਦ ਬਿਲਕੁਲ ਦਰੁਸਤ ਹੈ, ਮੈਂ ਇਹਨੂੰ ਮਹਿਸੂਸ ਕਰਦਾ, ਮੈਂ ਇਹਨੂੰ ਅਸੀਂ ਤਾਂ ਖੈਰ ਖੁਦ ਵੀ ਬਰਦਾਸ਼ਤ ਕਰ ਰਹੇ ਹਾਂ, ਕਿਉਂਕਿ ਜਦੋਂ ਮੌਕਾ ਪ੍ਰਸਤ ਲਾਣਾ ਆਉਂਦਾ ਹੈ ਤਾਂ ਫਿਰ ਮੌਕਾ ਪ੍ਰਸਤ ਲਾਣੇ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹਨਾਂ ਅਦਾਰਿਆਂ ਚ ਘੁਸਪੈਠ ਕਰਕੇ ਇਹਨਾਂ ਅਦਾਰਿਆਂ ਨੂੰ ਆਪਣੇ ਹਿੱਤਾਂ ਲਈ ਇਸਤੇਮਾਲ ਕਰ ਲਿਆ ਜਾਵੇ। ਇਹਦੇ ਬਾਵਜੂਦ ਫਿਰ ਵੀ ਮੀਡੀਆ ਦਾ ਇੱਕ ਜ਼ਿੰਮੇਵਾਰ ਹਿੱਸਾ ਜਿਹੜਾ ਹੈ ਉਹ ਬੜਾ ਸੁਚੇਤ ਹੈ, ਇਹ ਤੋਂ ਬਚਣ ਦਾ ਯਤਨ ਕਰ ਰਿਹਾ, ਤੇ ਮੇਰਾ ਖਿਆਲ ਹੈ ਜਿਹੜਾ ਤੁਸੀਂ ਹੁਣ ਇੱਕ ਕੁਐਸਚਨ ਰੇਜ਼ ਕੀਤਾ ਹੈ, ਸਾਡਾ ਭਾਈਚਾਰਾ ਇਹ ਤੋਂ ਸਬਕ ਸਿੱਖੂਗਾ ਜ਼ਰੂਰ। ਜੇ ਕੋਈ ਮਾੜੀ ਸੋਰੀ ਤੁਹਾਨੂੰ ਇੰਟਰਪਟ ਕਰਦਾ, ਦੋ ਚੀਜ਼ਾਂ ਹੋਰ ਬੜੀਆਂ ਅਹਿਮ ਹੈ ਜਦੋਂ ਹੁਣ ਮੀਡੀਆ ਦੀ ਗੱਲ ਹੀ ਚੱਲੀ, ਉਹ ਹੈ ਦੋ ਤਰ੍ਹਾਂ ਦੀ ਰਿਪੋਰਟਿੰਗ, ਇੱਕ ਅਕੈਡਮਿਕ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ, ਤੇ ਦੂਸਰੀ ਹਸਪਤਾਲਾਂ ਦੀ, ਕਿਉਂਕਿ ਹਸਪਤਾਲਾਂ ਤੋਂ ਵੀ ਚੰਗੀ ਐਡ ਚੜ੍ਹਦੀ ਹੈ ਤੇ ਇੱਕ ਜਿਹੜੀਆਂ ਵਿਦਿਅਕ ਸੰਸਥਾਵਾਂ ਇਹਨਾਂ ਤੋਂ ਵੀ ਚੰਗੀ ਐਡ ਚੜ੍ਹਦੀ ਹੈ, ਇਹਨਾਂ ਦੇ ਵਿੱਚ ਜਿਹੜੀਆਂ ਹੁੰਦੀਆਂ ਕਤਾਈਆਂ ਨੇ ਇਹਨਾਂ ਦੇ ਖਿਲਾਫ਼ ਵੀ ਬਹੁਤ ਘੱਟ ਮੀਡੀਆ ਬੋਲ ਰਿਹਾ ਜੀ। ਬਿਲਕੁਲ ਇਹ ਮੀਡੀਆ ਨੂੰ, ਕਿਉਂਕਿ ਜਿਵੇਂ ਤੁਸੀਂ ਪਹਿਲਾਂ ਮਾਲਕਾਂ ਵਾਲੀ ਗੱਲ ਕਹੀ ਹੈ, ਇੱਕ ਤਾਂ ਇਸ ਲਈ ਹੈ ਕਿ ਜਿਹੜੇ ਪੰਜਾਬੀ ਦੇ ਅਖਬਾਰ ਹੈ, ਪੰਜਾਬੀ ਦੇ ਅਖਬਾਰਾਂ ਦੀ ਬਹੁਤ ਵੱਡੀ ਤ੍ਰਾਸਦੀ ਹੈ, ਪੰਜਾਬੀ ਦੇ ਅਖਬਾਰਾਂ ਵਾਲੇ ਆਪਣੇ ਰਿਪੋਰਟਰਾਂ ਨੂੰ ਕਿਸੇ ਕਿਸਮ ਦੀ ਬੇਜ ਸੈਲਰੀ ਜਿਹੜੀ ਹੈਗੀ ਹੈ, ਜਿਹੜੀ ਮਜੀਠੀਆ ਬੇਸ ਬੋਰਡ ਦੇ ਮੁਤਾਬਕ ਮਿਲਣੀ ਚਾਹੀਦੀ ਹੈ, ਉਹ ਨਹੀਂ ਦਿੰਦੇ, ਸਗੋਂ ਉਹ ਆਪਣੇ ਰਿਪੋਰਟਰਾਂ ਨੂੰ ਇੱਕ ਪੈਸਾ ਇਕੱਠਾ ਕਰਨ ਵਾਲੇ ਸਾਧਨਾਂ ਦੇ ਰੂਪ ਦੇ ਵਿੱਚ ਇਸਤੇਮਾਲ ਕਰਦੇ ਆ, ਕਹਿੰਦੇ ਆ ਵੀ ਸਾਡੇ ਵਾਸਤੇ ਸਪਲੀਮੈਂਟ ਕੱਢ ਕੇ ਕੱਢੋ ਤੇ ਇਸ਼ਤਿਹਾਰ ਦੇ, ਸਪਲੀਮੈਂਟ ਕੱਢਣ ਵਾਸਤੇ ਹੁਣ ਜੇ ਤੁਸੀਂ ਕਹੋਗੇ ਤੁਹਾਡੇ ਮੇਰੇ ਵਰਗਾ ਬੰਦਾ ਕਿੱਥੋਂ ਪੈਸੇ ਦੇ ਦੂਗਾ, ਪੈਸੇ ਉਹੀ ਦੇਊਗਾ ਜਿਹੜਾ ਲੁੱਟ ਕਰਦਾ, ਉਹ ਲੁੱਟ ਕਰਦੇ ਆ ਪ੍ਰਾਈਵੇਟ ਹਸਪਤਾਲ ਤੇ ਵਿਦਿਅਕ ਸੰਸਥਾਵਾਂ। ਇਹ ਜਿਹੜੀਆਂ ਵਿਦਿਅਕ ਸੰਸਥਾਵਾਂ ਨਾ, ਤੁਸੀਂ ਕੁਐਸਚਨ ਬੜਾ ਵਧੀਆ ਰੇਜ਼ ਕੀਤਾ, ਤੁਸੀਂ ਦੇਖਿਆ ਹੋਣਾ ਸਾਡੇ ਬਠਿੰਡੇ ਦੇ ਵਿੱਚ ਵੀ ਇੱਕ ਵਿਦਿਅਕ ਸੰਸਥਾ ਹੈ, ਤੇ ਨਾ ਇੱਕ ਉਸ ਸੰਤ ਦਾ ਉਹਦੇ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਜਿਹੜਾ ਸੰਤ ਦਾ ਗੁਰਬਾਣੀ ਦੇ ਵਿੱਚ ਬੜਾ ਵੱਡਾ ਨਾਂ ਹੈ, ਮੇਰਾ
मेरा कहने तो बाबा फरीद का नाम आ जाता वे बाबा फरीद सूट से पता नहीं की है ए शुरू हुई सी दुकान नहीं उदो संस्था से उदो क्या कि इतने पंजाबी भाषा पंजाबी बोली प्रमोट किया जाऊगा तो सारे कोर्स असि पंजाबी करावे और उस वे जरा जिस मतलब चेहरे नु अगे किया गया बड़े नामवर चेहरा बहुत वड्डा नाम उन्हां दा एक किरती परिवार दे विच पैदा होके जिन्होंने एडी वड्डी मतलब उपाधि हासिल की पद्म श्री गुरदयाल सिंह होरां नु अगे किया गया गुरदयाल सिंह होरां नु अगे करके सारा कुछ करके जो दुकान जम गई उदो गुरदयाल सिंह होरां नु भी चक के पासे करता ते अज हाल ते है कि जिहड़े खब्बी खान कहिंदे कहाउंदे सियासतदान है कहिंदे कहाउंदे अखबारां दे एडिटर है उन्हां नु भी उन्हां ने काबू किया होया इथों तक जिहड़े सिद्धांतक परचे है जिहड़े सिद्धांतक अखबार है जिहड़े आपदे धर्म कर्म दे उत्ते कायम है जिहड़े पहरा दे रहे आपदी प्रो पीपल पत्रकारिता ते उन्हां नु भी विंगे टेढ़े तरीके दे नाल बढ़ाया जा रहा है कि आओ तुसी साडे कोले आओ मेरी मुराद जितेंद्र पन्नू होरा दी है जितेंद्र पन्नू होरा भी मेरी मैनेजमेंट हुई करी था किसी थां ते मिल गए कहिंदे जी साडे भी तुसी भाषण देने वास्ते आ जाओ पन्नू साहब तजर्बेकार बंदे है उन्होंने मेरा जिक्र किया कहिंदे भी साडा रिपोर्टर बखतौर उत्थे उहदे नाल गल कर लो जे बखतौर च लो प्रोग्राम बना लूगा तो मैं आ जाऊंगा मैनू ने दसता भी कहानी है मैं भी उन्होंने दसता भी कहानी इस तरह पर वह काबू नहीं आए लेकिन आम तौर यह लगभग संस्थावां सारियां काबू कर लेंदियां यह बड़ा चिंताजनक पक्ष है इतने जरूर जिहड़ियां मीडिया ऑर्गेनाइजेशन है मेरा ऑर्गेनाइजेशन तो भाव नहीं अदारे जिहड़ियां मीडिया नाल संबंधित जथेबंदियां प्रेस क्लब प्रेस कामिया दियां जिहड़ियां जथेबंदियां उन्हां नूं इस मामले ते ध्यान देना चाहिए यह बड़ा खतरनाक कैंसर है इस कैंसर तो मीडिया नूं बचाउणा मेरा कहना भी सरकारां दा मुकाबला मीडिया कर सकदा लेकिन जिहड़ा यह कैंसर है ना यह मीडिया नूं डीरेल करन दे विच काफी वड्डा योगदान पा रहा है जी सो बहुत मेहरबानी ढिल्लों साहब बड़ी बेबाकी दे नाल तुसी चर्चा कीती है अखीर दे विच इस जिहड़ा सब्जेक्ट है अज दा मुद्दा है जिहड़ा इस नूं समेटदे होए की कहोगे बस मैं यही कहना चाहूंगा कि जिहड़ा जुम्मेवार मीडिया है जुम्मेवार मीडिया नूं डरना नहीं चाहिए झुकना नहीं चाहिए उन्हूं अपने सिद्धांत ते पहरा देना चाहिए टीपू सुल्तान मैं अठवीं च पढ़दा सी ते उदों मैं टीपू सुल्तान चैप्टर पढ़िया सी उहदे विच टीपू सुल्तान ने इक ही गल कही सी कि जे जिउणा है ता शेर वांगू ज्यो ते भावे दो दिन ही ज्यो लेकिन शेर वांगू ज्यौना 100 साल फजूल है मीडिया दे कामे है जिहड़े जिहड़ा मीडिया है ये समाज का बहुत सुचेत तंत्र है बहुत सुचेत हिस्सा है इस सुचेत हिस्से नूं अपनी सुचेत पुड़े दे विच रहिंदिया होया पहरा देना चाहिए आपके सिद्धांतां ते क्योंकि जो एग्जैक्टिव जुडिशरी जिहड़ी है जे तुहाडी विधान पालिका कार्यपालिका विधान पालिका यह जो फिर हो जाए जो आपका ठीक तरीके काम ना कर सकन तो सब तो वड्डी जिम्मेवारी बन जाती है मीडिया की मीडिया ने गड्डी लीह ते चढ़ाउणी हुंदी है इस वास्ते मीडिया नूं जिवें कहिंदे ने कुआरी कुड़ी नूं अपने जत्था दे उत्ते कायम रहिंदे आ अपने सिद्धांतां ते पहरा देना चाहिए बस यही है जी इस तों बाद होर कुछ नहीं जी सो बहुत वड्डी गल तुसीं ढिल्लों साहब कहती है इस तों बाद कहण नूं है भी कुछ नहीं सो बहुत धन्यवाद जी तुहाडा अगले हफ्ते फिर साझा पावांगे बहुत मेहरबानी मेहरबानी जी सारे श्रोतां नूं सत श्री अकाल सत श्री अकाल जी सो दोस्तों बखतौर सिंह ढिल्लों साहब दे नाल तुसीं गल्लबात सुन रहे सी सो अगली गल्लबात लैके परमवीर सिंह बाठ हाजिर रहणगे तुसीं सुनदे रहो रेडियो चन्न परदेसी ते ए सिद्धू लाइव शो दे जरिए तुसीं साझ पा रहे हो